पंजाब च तुहाडी जथेबंदी की करेगी, चुनावी रैलियां दा विरोध करेगी या किसी एक पार्टी दा विरोध करेगी? मुख्य विरोधी पार्टी हैगी बीजेपी। असीं उन्हां नूं पिंडां च नहीं बढ़न दिंदे, असीं उन्हां नूं शहरां च नहीं बढ़न दिंदे। जिहड़ियां दूजियां पार्टियां ने भावें दुद्ध धोते उह वी नहीं, इन्हां नूं असीं सवाल पुछांगे। सारे जथेबंदियां दे लीडर आ, उह इक पेज ते हल्ले वी नहीं आ पाए। वड्डे बखरेवे हैगे ने साडे विचार तर्क, उह मिटे नहीं। मिनीमम प्रोग्राम ते असीं इकट्ठे आ। कैप्टन अमरिंदर सिंह कहिंदे आ कि उन्हां ने वड्डी गिणती च किसानां दे कर्जे माफ़ कीते। कैप्टन साहब ने ना किसानां नाल धोखा कीता। सारे किसान आगू गए क्यों नहीं चीफ मिनिस्टर कोले गल लै के कि तुसीं जो वादा कीता सी उहदे मुताबक नहीं मिले? बहुत बारी कीतियां ने इह गल्लां, पैसे ही नहीं, खजाना ही नहीं जी, फिर तुसीं वादे क्यों कीते ने? ते हुण जदों इन्हां ने कहा है किसान अंदोलन दे कारण आर्थिक स्थिति कमजोर हो रही है, इहदे नाल टोल प्लाजा ते बैठे 800 करोड़ दा 900 करोड़ दा पंजाब दे लोकां नूं फायदा होगा। कैप्टन अमरिंदर सिंह ने कहा जे तुसीं धरने लाउणे ही है ਤਾਂ ਜਾ ਕੇ ਹਰਿਆਣੇ 'ਚ ਦਿੱਲੀ ਦੇ ਬਾਰਡਰਾਂ 'ਤੇ ਲਾਓ ਧਰਨੇ। ਇਸ ਸਾਲ ਬਾਅਦ ਅਮਰਿੰਦਰ ਨੂੰ ਕਿਵੇਂ ਇਹ ਆ ਗਿਆ ਯਾਦ, ਇਹ ਬੀਜੇਪੀ ਨੇ ਤਾਂ ਨਹੀਂ ਕਿਤੇ ਸੁਨੇਹਾ ਭੇਜਦਾ? ਕਿਸਾਨ ਪੋਲੀਟੀਕਲ ਪਾਰਟੀ ਬਣਾ ਸਕਦੇ ਆ? ਆਉਣ ਵਾਲੇ ਸਮਾਂ ਹੀ ਦੱਸੂਗਾ। ਰਾਜੇਵਾਲ ਸਾਹਿਬ ਔਰ ਚੜੂਨੀ ਚੋਣ ਲੜਨ ਦੀ ਗੱਲ ਹੈ, ਉਹਦੇ 'ਤੇ ਆਪਸ 'ਚ ਸਹਿਮਤ ਨਹੀਂ ਹੈ? ਚੜੂਨੀ ਸਾਹਿਬ ਪਹਿਲਾਂ ਵੀ ਚੋਣ ਲੜੇ ਨੇ, ਇਸ ਵੇਲੇ ਇਹ ਗੱਲ ਥੋੜ੍ਹੀ ਜਿਹੀ ਇਹਤੋਂ ਗਰੇਜ ਕਰਨਾ ਚਾਹੀਦਾ। ਅਗਰ ਪ੍ਰਾਈਮ ਮਿਨਿਸਟਰ ਰੈਲੀ ਕਰਨਾ ਚਾਹੁਣ ਪੰਜਾਬ 'ਚ, ਪੂਰਾ ਵਿਰੋਧ ਕਰਾਂਗੇ ਡਟ ਕੇ। ਤੁਹਾਨੂੰ ਨਹੀਂ ਲੱਗਦਾ ਕਿ ਉਹਦੇ ਨਾਲ ਸਿਆਸੀ ਮਾਹੌਲ ਖਰਾਬ ਹੋਊਗਾ? ਮਾਹੌਲ ਕੁਛ ਵੀ ਹੋਵੇ, ਮਾਹੌਲ ਦੀ ਜ਼ਿੰਮੇਵਾਰੀ ਉਹਨਾਂ ਦੀ। ਇੱਕ ਪਾਸੇ ਚੋਣ ਦਾ ਸ਼ੋਰ ਅਤੇ ਦੂਜੇ ਪਾਸੇ ਕਿਸਾਨ ਅੰਦੋਲਨ ਦਾ ਜ਼ੋਰ, ਪੰਜਾਬ ਦੀ ਸਿਆਸੀ ਕਹਾਣੀ ਇਹਨਾਂ ਦੇ ਵਿਚਕਾਰ ਫਸੀ ਹੋਈ ਹੈ। ਹਰ ਪਾਰਟੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਕਿਸਾਨਾਂ ਦੇ ਨਾਲ ਖੜੀ ਦਿਸੇ, ਉਹਨਾਂ ਦੀ ਹਮਦਰਦ ਦਿਸੇ, ਲੇਕਿਨ ਵੱਡਾ ਸਵਾਲ ਇਹ ਹੈ ਕਿ ਕਿਸਾਨ ਕਿਹਨੂੰ ਆਪਣਾ ਸਹੀ ਮਾਇਨੇ 'ਚ ਹਮਦਰਦ ਸਮਝਦਾ ਹੈ ਅਤੇ ਕਿਸਾਨ ਕਿਹਦੇ ਨਾਲ ਖੜਾ ਹੁੰਦਾ ਹੈ। ਇਸੇ ਨੂੰ ਲੈ ਕੇ ਖਾਸ ਕਰ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਆਪਸ ਵਿੱਚ ਟਕਰਾ ਰਹੇ ਨੇ। ਸਾਡੇ ਨਾਲ ਮੁਕਤੀ ਗੱਲ 'ਚ ਅੱਜ ਵਾਰੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮੁਖੀ ਜੋਗਿੰਦਰ ਸਿੰਘ ਉਗਰਾਹਾਂ ਜੀ ਦੀ, ਕਿਉਂਕਿ ਉਗਰਾਹਾਂ ਜੀ ਦਾ ਇੱਕ ਸਟੈਂਡ ਸੰਯੁਕਤ ਕਿਸਾਨ ਮੋਰਚਾ ਦੇ ਸਟੈਂਡ ਨਾਲੋਂ ਵੱਖਰਾ ਹੈ ਔਰ ਇਹਨਾਂ ਦਾ ਕਹਿਣਾ ਇਹ ਹੈ ਕਿ ਸਾਨੂੰ ਬੀਜੇਪੀ ਦਾ ਵਿਰੋਧ ਕਰਨਾ ਚਾਹੀਦਾ ਹੈ। ਮਗਰ ਸੰਯੁਕਤ ਕਿਸਾਨ ਮੋਰਚਾ ਦਾ ਇਹ ਕਹਿਣਾ ਹੈ ਕਿ ਪੰਜਾਬ 'ਚ ਕੋਈ ਵੀ ਪਾਰਟੀ ਚੁਣਾਵੀ ਰੈਲੀ ਨਾ ਕਰੇ। ਉਗਰਾਹਾ ਸਾਹਿਬ, ਪਹਿਲੇ ਤਾਂ ਆਪਣਾ ਸਟੈਂਡ ਕਲੀਅਰ ਕਰੋ ਕਿ ਤੁਸੀਂ ਕਿਉਂ ਸੰਯੁਕਤ ਮੋਰਚਾ ਤੋਂ ਵੱਖਰਾ ਆਪਣੇ ਆਪ ਨੂੰ ਰੱਖ ਰਹੇ ਹੋ, ਔਰ ਅਗਰ ਤੁਸੀਂ ਬੀਜੇਪੀ ਦੇ ਵਿਰੋਧ ਦੀ ਗੱਲ ਕਰਦੇ ਹੋ ਤਾਂ ਸੰਯੁਕਤ ਮੋਰਚਾ ਕਿਉਂ ਸਾਰੀ ਪਾਰਟੀਆਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਚੋਣ ਮੁਹਿੰਮ ਸ਼ੁਰੂ ਨਹੀਂ ਕਰਨੀ ਔਰ ਖਾਸ ਕਰ ਰੈਲੀਆਂ ਨਹੀਂ ਕਰਨੀਆਂ, ਕਿਉਂਕਿ ਏਜੰਡਾ ਤਾਂ ਤੁਹਾਡਾ ਸਾਰਿਆਂ ਦਾ ਇੱਕੋ ਹੀ ਹੈ, ਅਤੇ ਫਿਰ ਇਹ ਵਖਰੇਵਾਂ ਕਿਉਂ ਹੈ? ਦੇਖੋ, ਪਹਿਲੀ ਗੱਲ ਤਾਂ ਇਹ ਫੈਸਲਾ ਕੋਈ ਸੰਯੁਕਤ ਮੋਰਚੇ ਦਾ ਨਹੀਂ ਹੈ। ਸੰਯੁਕਤ ਮੋਰਚਾ ਜਦੋਂ ਕੋਈ ਫੈਸਲਾ ਕਰਦਾ, ਆਲ ਇੰਡੀਆ ਪੱਧਰ ਦਾ ਫੈਸਲਾ ਹੁੰਦਾ, ਫਿਰ ਉਹ ਫੈਸਲਾ ਉੱਤਰਾਖੰਡ 'ਚ ਵੀ ਲਾਗੂ ਹੁੰਦਾ, ਯੂਪੀ 'ਚ ਵੀ ਲਾਗੂ ਹੁੰਦਾ, ਦੂਜੀਆਂ ਸਟੇਟਾਂ 'ਚ ਵੀ ਲਾਗੂ ਹੁੰਦਾ। ਇਹ ਸਾਫ਼ ਹੋਣੀ ਚਾਹੀਦੀ ਹੈ ਪਹਿਲੀ ਗੱਲ, ਵੀ ਜਿਹੜੀਆਂ ਪੰਜਾਬ ਦੇ ਵਿੱਚ ਜਥੇਬੰਦੀਆਂ ਨੇ ਉਹ ਫੈਸਲੇ ਪੰਜਾਬ ਵਾਲੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ, ਜਿਹੜਾ ਆਹ ਫੈਸਲਾ ਤੁਸੀਂ ਦੱਸ ਕੇ ਗਏ ਹੋ ਵੀ ਇਹ ਫੈਸਲਾ ਪੰਜਾਬ ਵਾਲੀਆਂ ਜਥੇਬੰਦੀਆਂ ਨੇ ਕੀਤਾ। ਸਾਡੀਆਂ ਪੰਜਾਬ ਵਾਲੀਆਂ ਜਥੇਬੰਦੀਆਂ ਦੀ ਇੱਕ ਗੱਲ, ਇਹ ਕੋਈ ਬਹੁਤ ਮੋਟੀਆਂ ਗੱਲਾਂ 'ਤੇ ਸਾਡੀ ਸਹਿਮਤੀ ਹੈ, ਬਹੁਤ ਛੋਟੇ ਛੋਟੇ ਸਾਡੇ ਵੱਖਰੇਵੇਂ ਆ, ਕੋਈ ਬਾਹਲੇ ਵੱਖਰੇਵੇਂ ਨਹੀਂ। ਇਹ ਸੁਭਾਵਕ ਕੀ ਹੈ, ਜਦੋਂ ਵੱਖ ਵੱਖ ਜਥੇਬੰਦੀਆਂ ਨੇ ਵਿਚਾਰਾਂ ਦੇ ਹੁੰਦੇ ਨੇ, ਛੋਟੇ ਵੱਖਰੇਵੇਂ ਹੁੰਦੇ ਹੀ ਨੇ, ਕੋਈ ਵੱਡਾ ਵੱਖਰੇਵਾਂ ਸਾਡਾ ਉੱਤੇ ਹੈ ਨਹੀਂ। ਤੁਸੀਂ ਕੀ ਕਹਿੰਦੇ ਹੁਣ, ਪੰਜਾਬ 'ਚ ਤੁਹਾਡੀ ਜਥੇਬੰਦੀ ਕੀ ਕਰੇਗੀ? ਚੁਣਾਵੀ ਰੈਲੀਆਂ ਦਾ ਵਿਰੋਧ ਕਰੇਗੀ ਜਾਂ ਕਿਸੇ ਇੱਕ ਪਾਰਟੀ ਦਾ ਵਿਰੋਧ ਕਰੇਗੀ? ਸਾਡੀ ਜਥੇਬੰਦੀ ਦੀ ਇਹ ਪਹੁੰਚ ਹੈ ਵੀ ਦੇਖੋ, ਇਸ ਵੇਲੇ ਮੁੱਖ ਵਿਰੋਧੀ ਪਾਰਟੀ ਹੈਗੀ ਬੀਜੇਪੀ, ਕੇਂਦਰ 'ਚ ਉਹਨਾਂ ਦੀ ਸਰਕਾਰ ਹੈ। 10 ਮਹੀਨੇ ਸਾਨੂੰ ਹੋ ਗਏ ਉੱਥੇ ਮੋਰਚਾ ਲਏ, ਉਹਨਾਂ ਨੇ ਸਾਡੀਆਂ ਸੜਕਾਂ ਦੇ ਉੱਤੇ ਸਾਡੇ ਕੰਧ ਕੱਢ ਕੇ ਸਾਨੂੰ ਦਿੱਲੀ 'ਚ ਨਹੀਂ ਵੜਨ ਦਿੱਤਾ, ਅਸੀਂ ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ, ਅਸੀਂ ਉਹਨਾਂ ਨੂੰ ਸ਼ਹਿਰਾਂ 'ਚ ਨਹੀਂ ਵੜਨ ਦਿੰਦੇ, ਅਸੀਂ ਉਹਨਾਂ ਦੇ ਵਾਸਤੇ ਮੋਰਚਾ ਖੋਲ੍ਹਿਆ, ਉਹਨਾਂ ਦਾ ਅਸੀਂ ਘਿਰਾਓ ਕਰਾਂਗੇ, ਜਿੱਥੇ ਤੱਕ ਵੀ ਸਾਤੋਂ ਹੋਊ ਅਸੀਂ ਉਹਨਾਂ ਨੂੰ ਘੇਰਾਂਗੇ, ਉਹਨਾਂ ਨਾਲ ਤਾਂ ਸਾਡਾ ਇਹ ਹੈ। ਜਿਹੜੀਆਂ ਦੂਜੀਆਂ ਪਾਰਟੀਆਂ ਨੇ, ਕਾਂਗਰਸ ਹੈ, ਆਪ ਵਾਲੇ ਨੇ, ਅਕਾਲੀ ਨੇ, ਉਹ ਵੀ ਇਹਨਾਂ ਨੀਤੀਆਂ ਪਾਲਸੀਆਂ ਨਾਲ ਕਿਤੇ ਨਾ ਕਿਤੇ, ਦੇਖੋ ਨਰਸਿਮਹਾ ਰਾਓ ਨੇ ਸਾਈਨ ਕੀਤੇ ਨੇ 1991 ਦੀ ਨਵੀਂ ਆਰਥਿਕ ਨੀਤੀ ਤਹਿਤ, ਜਿਹਦੇ ਤਹਿਤ ਇਹ ਕਾਨੂੰਨ ਆਏ ਨੇ। ਅਕਾਲੀ ਉਦੋਂ ਸਰਕਾਰ 'ਚ ਸੀ ਬੀਜੇਪੀ ਦੇ ਵਿੱਚ ਜਦੋਂ ਇਹ ਕਾਨੂੰਨ ਲਾਗੂ ਹੋਏ ਨੇ, ਪਾਸ ਹੋਏ ਨੇ, ਇਸ ਕਰਕੇ ਇਹ ਦੁੱਧ ਧੋਤੇ ਨਹੀਂ, ਪਰ ਫਿਰ ਵੀ ਅਸੀਂ ਇਹ ਹੈ ਵੀ ਹੁਣ ਇਹ ਤਾਕਤ ਸੱਤਾ 'ਚੋਂ ਬਾਹਰ ਨੇ, ਤਾਕਤ 'ਚੋਂ ਬਾਹਰ ਨੇ, ਇਸ ਕਰਕੇ ਇਹਨਾਂ ਦੇ ਵਿਰੋਧ ਨੂੰ, ਇਹਨਾਂ ਨੂੰ ਅਸੀਂ ਸਵਾਲ ਪੁੱਛਾਂਗੇ, ਸਵਾਲ ਕਿਵੇਂ ਪੁੱਛਣੇ ਨੇ, ਕਿਹੜੇ ਤਰੀਕੇ ਨਾਲ ਪੁੱਛਣੇ, ਉਹ ਤਰੀਕਾ ਅਸੀਂ ਤੈਅ ਅਜੇ ਕਰਨਾ ਬਾਕੀ ਹੈ ਸਾਡਾ। ਸਵਾਲ ਇਹਨਾਂ ਨੂੰ ਵੀ ਪੁੱਛਾਂਗੇ, ਪਰ ਸਵਾਲ ਦਾ ਤਰੀਕਾ ਕਰ ਅਜੇ ਅਤੇ ਕਿਸੇ ਦਾ ਕੋਈ ਹੋ ਸਕਦਾ, ਕਿਸੇ ਦਾ ਕੋਈ ਹੋ ਸਕਦਾ, ਅਸੀਂ ਆਪਦਾ ਤੈਅ ਕਰਨਾ। ਇਸ ਕਰਕੇ ਅਸੀਂ ਇਹ ਸਮਝਦੇ ਹਾਂ ਵੀ ਇਹਨਾਂ ਦਾ ਜਿਹੜਾ ਵਿਰੋਧ ਹੈ, ਜਿੰਨੀਆਂ
ਬੀਜੇਪੀ ਦੀਆਂ ਵਿਰੋਧੀ ਧਿਰਾਂ ਨੇ ਬੈਠੀਆਂ ਨੇ ਪੋਲੀਟੀਕਲ, ਉਹਨਾਂ ਦੇ ਵਿਰੋਧ ਨੂੰ ਬੀਜੇਪੀ ਦੇ ਵਿਰੋਧ ਦੇ ਵਿੱਚ ਵਰਤਿਆ ਜਾਵੇ ਅਤੇ ਉਹਨੂੰ ਡਿਫੀਟ ਕੀਤਾ ਜਾਵੇ ਉਹ ਵੱਡੀ ਗੱਲ ਹੈ। ਇਸ ਕਰਕੇ ਅਸੀਂ ਇਹਨਾਂ ਵਾਸਤੇ ਰੱਖਿਆ ਵੀ ਇਹਨਾਂ ਦੇ ਘਰਾਓ ਨਹੀਂ ਕੀਤੇ ਜਾਣਗੇ, ਇਹਨਾਂ ਤੋਂ ਸਵਾਲ ਪੁੱਛੇ ਜਾਣਗੇ, ਸਵਾਲ ਦਾ ਤਰੀਕਾਕਾਰ ਅਪਣਾਵਾਂਗੇ। ਇਹ ਬਖਸ਼ਦੇ ਨਹੀਂ ਹਾਂ, ਇਹ ਸਾਡੀ ਜੇ ਸਾਫ਼ ਅਤੇ ਸਿੱਧੀ ਪਹੁੰਚ ਹੈ। ਇਹਦੇ ਵਿੱਚ ਥੋੜ੍ਹਾ ਥੋੜ੍ਹਾ ਫਰਕ ਹੈ, ਸਾਡੇ ਅਪ ਜਿਹੜੇ ਆ ਸੰਯੁਕਤ ਮੋਰਚੇ ਨਹੀਂ, ਉਹ ਪੰਜਾਬ ਦੀਆਂ ਜਥੇਬੰਦੀਆਂ ਨੇ ਡਿਫਰੈਂਸਿਸ ਲਏ ਨੇ, ਸਾਡਾ ਬਹੁਤਾ ਮਤਭੇਦ ਨਹੀਂ, ਊਂ ਸਾਡੀ ਸਹਿਮਤੀ ਇਹ ਹੈ, ਕੋਈ ਐਂ ਨਹੀਂ ਸਾਡਾ ਬਖਰੇ ਮਿਲਣਾ। ਜਿੱਦਾਂ ਸਵਾਲ ਸੰਯੁਕਤ ਮੋਰਚਾ ਨੇ ਪੁੱਛੇ, ਉਗਰਾਹਾਂ ਸਾਹਿਬ ਤੁਹਾਨੂੰ ਉਹ ਸਟਾਈਲ ਪਸੰਦ ਨਹੀਂ ਆਇਆ, ਤੁਸੀਂ ਉੱਦਾਂ ਨਹੀਂ ਪੁੱਛਣਾ ਚਾਹੋਗੇ ਜਿੱਦਾਂ ਚੰਡੀਗੜ੍ਹ 'ਚ ਸਵਾਲ ਜਵਾਬ ਪੁੱਛੇ? ਉਹਨਾਂ ਜਥੇਬੰਦੀਆਂ ਨੇ ਰਾਏ ਕਰਨ ਲਈ ਇਕੱਠੀਆਂ ਹੋ ਕੇ, ਉਹਨਾਂ ਨੇ ਮੀਟਿੰਗ ਕਰਦੀਆਂ ਨੇ, ਉਹ ਇਕੱਠੀਆਂ ਬੈਠਦੀਆਂ ਨੇ, ਉਹਨਾਂ ਦੀ ਰਾਏ ਬਣ ਗਈ। ਚਲੋ ਉਹਨਾਂ ਨੇ ਜੋ ਉਹਨਾਂ ਨੂੰ ਠੀਕ ਲੱਗਿਆ, ਜੋ ਉਹਨਾਂ ਨੂੰ ਸਮਝ ਲੱਗਿਆ ਸਮੇਂ ਮੁਤਾਬਕ, ਉਹਨਾਂ ਦਾ ਅਧਿਕਾਰ ਹੈਗਾ, ਉਹ ਕਰ ਸਕਦੇ ਨੇ। ਅਤੇ ਜਾਂ ਸਾਨੂੰ ਜਿਵੇਂ ਠੀਕ ਲੱਗਿਆ ਅਸੀਂ ਆਪਦੀ ਪਹੁੰਚ ਦੱਸਤੀ। ਲੇਕਿਨ ਉਗਰਾਹਾਂ ਸਾਹਿਬ ਤੁਸੀਂ ਨਹੀਂ ਮੰਨਦੇ ਕਿ 32 ਜਥੇਬੰਦੀਆਂ, ਅਲੱਗ ਅਲੱਗ ਕੌਲ ਹੋ ਗਈ ਅਤੇ ਸਿਆਸੀ ਲੋਕ ਚੁਣਾਵੀ ਮਾਹੌਲ 'ਚ ਤਾਂ ਕਨਫਿਊਜ਼ ਕਰਨ ਵਾਲੀ ਗੱਲ ਹੈ ਨਾ, ਕੋਈ ਕਹੇਗਾ ਜੀ ਤੁਸੀਂ ਰੈਲੀ ਨਾ ਕਰੋ, ਕੋਈ ਕਹੇਗਾ ਅਸੀਂ ਸਵਾਲ ਪੁੱਛਾਂਗੇ, ਇਹ ਤਾਂ ਬੜੀ ਕਨਫਿਊਜ਼ਨ ਜੀ ਨਹੀਂ ਹੋਗੀ? ਤੁਸੀਂ ਆਪਸ 'ਚ ਬਹਿ ਕੇ ਗੱਲ ਕਿਉਂ ਨਹੀਂ ਮੁਕਾਉਂਦੇ ਵੀ ਯਾਰ ਅਸੀਂ ਇੱਕ ਸਿੱਟੇ 'ਤੇ ਚੱਲੀਏ? ਦੇਖੋ ਤੁਸੀਂ ਇਹਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਹੈ, ਸਵਾਲ ਪੁੱਛਣ ਦਾ ਉਹਨਾਂ ਦਾ ਵੀ ਹੈ, ਸਵਾਲ ਪੁੱਛਣ ਦਾ ਸਾਡਾ ਵੀ ਹੈ। ਉਹਨਾਂ ਨੇ ਇੱਕ ਹੋਰ ਵੱਖਰੀ ਕਾਲ ਦਿੱਤੀ ਹੈ ਵੀ ਉਹਨਾਂ ਨੇ, ਵੈਸੇ ਤਾਂ ਉਹਨਾਂ ਨੇ ਅਪੀਲ ਕੀਤੀ ਹੈ ਵੀ ਪੋਲੀਟੀਕਲ ਪਾਰਟੀਆਂ ਜਿੰਨਾ ਚਿਰ ਚੋਣ ਨੋਟੀਫਿਕੇਸ਼ਨ ਜਾਰੀ ਹੁੰਦਾ ਨਾ ਰੈਲੀਆਂ ਨਾ ਕਰਨ। ਹੋਰ ਤਾਂ ਕੋਈ ਬਖਰੇਮੇ ਵਾਲੀ ਗੱਲ ਨਹੀਂ, ਇੱਕੋ ਹੀ ਪੁਆਇੰਟ ਹੈ ਵੀ ਬਖਰੇਮੇ ਵਾਲੀ ਗੱਲ ਤਾਂ ਉਹਨਾਂ ਦਾ, ਉਹਨਾਂ ਨੇ ਸਵਾਲ ਉਹਨਾਂ ਨੇ ਪੁੱਛਣੇ, ਸਵਾਲ ਅਸੀਂ ਨੇ ਪੁੱਛਣੇ, ਤਰੀਕਾ ਉਹਨਾਂ ਨੇ ਆਪਦਾ ਅਪਣਾਉਣਾ, ਅਸੀਂ ਆਪਦਾ ਅਪਣਾਉਣਾ। ਹੋਰ ਸਾਰੀਆਂ ਗੱਲਾਂ 'ਤੇ ਸਾਡੀ ਸਹਿਮਤੀ ਹੈ, ਬੀਜੇਪੀ ਦੇ ਘਰੋਂ 'ਤੇ ਸਹਿਮਤੀ ਹੈ, ਇਹਨਾਂ ਦੇ ਘਰੋਂ ਨਹੀਂ ਕਰਨੇ 'ਤੇ ਸਹਿਮਤੀ ਹੈ, ਇੰਨਾ ਕੁ ਤਾਂ ਬਖਰੇਮਾ ਹੋ ਹੀ ਸਕਦਾ। ਇਹਦੇ ਐਂ ਨਹੀਂ ਕਿ ਕੋਈ ਅਸੀਂ ਬਹੁਤ ਵੱਡਾ ਸਾਡੇ ਜਾ, ਮੈਂ ਤੁਹਾਡੇ ਬਖਰੇਵੇਂ ਦੀ ਗੱਲ ਨਹੀਂ ਕਰ ਰਿਹਾ, ਪਰ ਪਾਰਟੀਆਂ ਨੂੰ ਤਾਂ ਕਨਫਿਊਜ਼ ਕਰਤਾ ਨਾ। ਕਾਹਦਾ ਕਨਫਿਊਜ਼? ਸਵਾਲ ਪੁੱਛਣੇ ਨੇ ਉਹਨਾਂ ਨੇ ਪੁੱਛਣੇ, ਸਵਾਲ ਅਸੀਂ ਪੁੱਛਣੇ। ਅੱਛਾ, ਸਵਾਲ ਪੁੱਛਣ ਤੋਂ ਬਾਅਦ ਕੋਈ ਵੀ ਲੀਡਰ ਅਗਰ ਕਿਤੇ ਆਪਣੀ ਸਭਾ ਕਰਨ ਜਾਂਦਾ, ਰੈਲੀ ਕਰਨ ਜਾਂਦਾ, ਉਹਦਾ ਵਿਰੋਧ ਹੋਏਗਾ ਫਿਰ? ਬਿਲਕੁਲ ਨਹੀਂ। ਯਾਨੀ ਹੁਣ ਅਗਰ ਸੰਯੁਕਤ ਕਿਸਾਨ ਮੋਰਚਾ ਨੇ ਸਵਾਲ ਪੁੱਛ ਲਏ, ਹਾਂ, ਤੇ ਉਸ ਤੋਂ ਬਾਅਦ ਫਿਰ ਵਿਰੋਧ ਕਿਉਂ ਹੋਣਾ ਚਾਹੀਦਾ? ਫਿਰ ਹੁਣ ਤਾਂ ਮੈਨੂੰ ਲੱਗਦਾ ਸਭ ਅਮਨ ਮਾਨ ਨਾਲ ਚੱਲਣਾ ਚਾਹੀਦਾ। ਪੰਜਾਬ ਦੀਆਂ ਜਥੇਬੰਦੀਆਂ, ਸੰਯੁਕਤ ਮੋਰਚਾ ਇਕੱਲੀਆਂ ਪੰਜਾਬ ਦੀਆਂ ਜਥੇਬੰਦੀਆਂ ਨਹੀਂ ਬਣ ਸਕਦਾ। ਸੰਯੁਕਤ ਮੋਰਚਾ, ਸੰਯੁਕਤ ਮੋਰਚਾ ਆਲ ਇੰਡੀਆ ਦੇ ਜਥੇਬੰਦੀਆਂ ਦਾ ਹੈ, ਇਹ 32 ਜਥੇਬੰਦੀਆਂ ਦਾ ਅਤੇ ਸਾਡੀ 1 ਜਥੇਬੰਦੀਆਂ ਦਾ, ਇਹ ਸਾਡੀਆਂ 32-33 ਜਥੇਬੰਦੀਆਂ ਜਿਹੜੀਆਂ ਪੰਜਾਬ ਵਾਲੀਆਂ ਨੇ, ਪੰਜਾਬ ਦਾ ਫੈਸਲਾ ਪੰਜਾਬ ਦੀਆਂ ਜਥੇਬੰਦੀਆਂ ਨੇ ਕੀਤਾ ਹੋਇਆ ਹੈ। ਇਸ ਕਰਕੇ ਇਹਦੇ 'ਚ ਇੰਨੀਆਂ ਜਥੇਬੰਦੀਆਂ ਦੇ ਵਿੱਚ ਕੋਈ ਇੱਕ ਅੱਖਰਾਂ ਦੇ ਵਾਧੇ ਘਾਟੇ 'ਚ ਕੋਈ ਬਖਰੇਵੇਂ ਵਾਲਾ ਗੱਲ, ਤੁਸੀਂ ਬਹੁਤ ਵੱਡਾ ਬਖਰੇਵਾ ਪੇਸ਼ ਕਰਕੇ। ਪਰ ਫਿਰ ਇਹ ਕਿੱਥੇ ਦੀ ਠੀਕ ਗੱਲ ਹੋਈ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਇਹ ਕਹਿੰਦੀਆਂ, ਕੋਈ ਵੀ ਪਾਰਟੀ ਹੋਵੇ, ਉਹ ਕਹਿੰਦੀਆਂ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਅਤੇ ਪੰਜਾਬ ਦੀਆਂ ਜਥੇਬੰਦੀਆਂ ਉਹਨਾਂ ਦੇ ਮਗਰ ਪੈ ਗਈਆਂ ਆ ਕੇ, ਫਿਰ ਇਹ ਮੰਨ ਲਿਆ ਜਾਵੇ ਤਾਂ? ਇਹ ਸਵਾਲ ਪੰਜਾਬ ਦੀਆਂ ਜਥੇਬੰਦੀਆਂ ਉਹਨਾਂ ਦੇ ਮਗਰ ਪੈ ਗਈਆਂ, ਮਗਰ ਵਾਲਾ ਕੋਈ ਸਵਾਲ ਨਹੀਂ ਹੈ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਮੈਨੂੰ ਜਿੱਥੇ ਤੱਕ ਉਹਨਾਂ ਦੀ ਗੱਲ ਹੈ, ਉਹ ਇਹ ਸਵਾਲ ਜਿਹੜੇ ਤੁਸੀਂ ਕਰ ਰਹੇ ਹੋ, ਮੈਂ ਇਹਨਾਂ 'ਤੇ ਮੇਰਾ ਵੈਸੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ, ਕਿਉਂਕਿ ਇਹ ਸਵਾਲ ਹੀ। ਲੇਕਿਨ ਤੁਸੀਂ ਵੀ ਇਹਨਾਂ ਨੂੰ ਵਿਚਾਰਦੇ ਤਾਂ ਹੋਵੋਗੇ ਨਾ? ਦੇਖੋ ਮੈਂ 32 ਜਥੇਬੰਦੀਆਂ ਅੰਦੋਲਨ 'ਚ ਤੁਸੀਂ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਲੀਡਰ ਹੋ ਉੱਥੇ। ਮੈਂ ਪ੍ਰਭਾਵਸ਼ਾਲੀ ਲੀਡਰ ਜੇ ਹਾਂ ਤਾਂ ਮੈਂ ਸਿਰਫ ਆਪਣੀ ਜਥੇਬੰਦੀ ਦੀ ਰਾਏ ਵਾਸਤੇ, ਮੇਰੇ 'ਤੇ ਕੋਈ ਸਵਾਲ। ਤੁਹਾਡੀ ਗਿਣਤੀ ਸਭ ਤੋਂ ਵੱਧ ਹੁੰਦੀ ਹੈ ਤਾਂ ਮੈਂ ਤੁਹਾਨੂੰ ਪ੍ਰਭਾਵਸ਼ਾਲੀ ਕਹਿ ਰਿਹਾ। ਸਾਨੂੰ ਕੋਈ ਸਮੱਸਿਆ ਨਹੀਂ ਇਸ ਗੱਲ 'ਚ, ਅਸੀਂ ਆਪਦਾ ਜੋ ਪ੍ਰੋਗਰਾਮ ਤੁਹਾਨੂੰ ਦੱਸਿਆ ਸਾਡਾ ਇਹ ਹੈ, ਉਹ ਅਸੀਂ ਲਾਗੂ ਕਰਾਂ। ਇੱਕ ਗੱਲ ਹੁੰਦੀ ਹੈ ਕਿ ਡਰਦੇ ਨੂੰ ਡਰਾਉਣਾ, ਮੈਂ ਕੋਈ ਪੋਲੀਟੀਕਲ ਪਾਰਟੀਆਂ ਦਾ ਸਾਥ ਨਹੀਂ ਦੇ ਰਿਹਾ, ਲੇਕਿਨ ਮੈਨੂੰ ਇਹ ਲੱਗ ਰਿਹਾ ਹੈ ਕਿ ਪੰਜਾਬ ਦੀ ਸਭ ਤੋਂ ਵੱਡੀ ਸ਼ਮੂਲੀਅਤ ਹੈ ਕਿਸਾਨ ਅੰਦੋਲਨ 'ਚ। ਫਿਰ ਪੰਜਾਬ ਸਫ਼ਰ ਕਿਉਂ ਕਰੇ ਇਸ ਕਿਸਾਨ ਅੰਦੋਲਨ ਦੇ ਕਾਰਨ? ਪੰਜਾਬ 'ਚ ਕੋਈ ਟਕਰਾਅ ਦੀ ਸਥਿਤੀ ਕਿਉਂ ਬਣੇ ਇਸ ਕਿਸਾਨ ਅੰਦੋਲਨ ਦੇ ਕਾਰਨ? ਫਿਰ ਤਾਂ ਜਿਹੜੇ ਜਿਨ੍ਹਾਂ ਪਾਰਟੀਆਂ ਦੇ ਖਿਲਾਫ਼ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਜਾਂ ਤੁਸੀਂ ਬੀਜੇਪੀ ਦੀ ਗੱਲ ਕਰਦੇ ਹੋ, ਤਾਂ ਬੀਜੇਪੀ ਨੂੰ ਤਾਂ ਲੱਗੇਗਾ ਲਓ ਫਿਰ ਪੰਜਾਬ 'ਚੋਂ ਆਏ ਸੀ, ਪੰਜਾਬ 'ਚ ਹੀ ਭਿੜ ਗਏ ਜਾ ਕੇ। ਤੁਹਾਨੂੰ ਲੱਗਦਾ ਇਹ ਵੀ ਜਿਹੜੀ ਸਾਡੀ ਪੋਜੀਸ਼ਨ ਹੈ ਇਹਦੇ ਨਾਲ ਟਕਰਾਓ ਬਣਦਾ? ਕਿਉਂ ਨਹੀਂ ਬਣਦਾ? ਜੇ ਮੋਗੇ ਲਾਠੀਚਾਰਜ ਹੋਇਆ ਉਸ ਤੋਂ ਬਾਅਦ ਟਕਰਾਓ ਦੀ ਸਥਿਤੀ ਨਹੀਂ? ਦੱਸੋ ਕਾਹਦੀ ਕਦਰ? ਜੇ ਟਕਰਾਓ ਦੀ ਸਥਿਤੀ ਨਹੀਂ ਹੈ ਤੇ ਫਿਰ ਇਹ ਕਹਿਣਾ ਕਿ ਰੈਲੀਆਂ ਨਾ ਕਰੋ ਜੇ ਸਭ ਕੁਝ ਸਮੂਥ ਚੱਲ ਰਿਹਾ ਹੈ? ਮੇਰਾ ਕਿੱਥੇ ਹੈ ਸਾਡੀ ਪੋਜੀਸ਼ਨ? ਮੇਰੀ ਪੋਜੀਸ਼ਨ ਤੁਸੀਂ, ਮੇਰੀ ਪੋਜੀਸ਼ਨ ਜਿਹੜੀ ਜਥੇਬੰਦੀ ਦੀ ਹੈ, ਮੇਰੀ ਸਾਡੀ ਪੋਜੀਸ਼ਨ ਨਹੀਂ ਹੈ। ਕਿਉਂ ਸਾਰੀਆਂ ਜਥੇਬੰਦੀਆਂ ਬਹਿ ਕੇ ਇੱਕ ਰੂਟ ਤੈਅ ਨਹੀਂ ਕਰ ਲੈਂਦੀਆਂ ਵੀ ਆਪਾਂ ਪੋਲੀਟੀਕਲ ਲੀਡਰਸ ਨੂੰ ਪੰਜਾਬ ਦਿਆਂ ਨੂੰ ਜਾਂ ਨੈਸ਼ਨਲ ਲੈਵਲਿਆਂ ਨੂੰ ਕਿੱਦਾਂ ਡੀਲ ਕਰਨਾ? ਇਹ ਤਾਂ ਦੇਖੋ ਸਵਾਲ ਜਿਹੜਾ ਮੇਰੇ ਨਾਲ ਸੰਬੰਧਿਤ ਸਵਾਲ ਹੈ, ਮੇਰੀ ਔਰਗੇਨਾਈਜੇਸ਼ਨ ਨਾਲ ਸੰਬੰਧਿਤ ਨਾਲ ਮੇਰੀਆਂ ਪੋਲਿਸੀਆਂ ਜਿਹੜੀਆਂ ਨੀਤੀਆਂ ਮੈਂ ਤੁਹਾਨੂੰ ਦੱਸੀਆਂ ਨੇ ਉਹਨਾਂ 'ਤੇ ਸਵਾਲ ਹੈ, ਉਹ ਮੈਂ ਉਹਦਾ ਜਵਾਬ ਦੇਵਾਂ। ਦੂਜੇ ਕਿਸੇ ਦਾ ਕਿਹਨੇ ਕੀ ਕੀਤਾ ਉਹਦੇ 'ਤੇ ਮੇਰਾ ਜਵਾਬ ਦੇਣ ਦਾ ਕੋਈ ਹੱਕ ਨਹੀਂ ਬਣਦਾ, ਕਿਉਂਕਿ ਸਾਡੀਆਂ ਜਥੇਬੰਦੀਆਂ ਦੇ ਇੰਟਰਨਲ ਮਸਲੇ ਆ। ਸਹਿਮਤ। ਸ਼ੁਰੂ ਤੋਂ ਇੱਕ ਏਜੰਡੇ 'ਤੇ ਪੰਜਾਬ ਦਾ ਸਾਰਾ ਕਿਸਾਨ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਦੇ ਰਾਹੀਂ ਸਿੰਘੂ ਔਰ ਟਿਕਰੀ ਬਾਰਡਰ ਗਿਆ, ਦੋ ਅਲੱਗ ਅਲੱਗ ਰਸਤਿਆਂ ਤੋਂ। ਆਖਰ ਐਸੀ ਕੀ ਵਜ੍ਹਾ ਹੈ ਕਿ ਏਜੰਡਾ ਇੱਕ ਹੋਣ ਦੇ ਬਾਵਜੂਦ ਵੀ ਸਾਰੇ ਪੰਜਾਬ ਦੇ ਕਿਸਾਨੀ 'ਚ ਨੂੰ ਲੈ ਕੇ, ਸੰਘਰਸ਼ ਨੂੰ ਲੈ
ਇਹ ਤਰੀਕਾਕਾਰ ਹਰੇਕ ਜਥੇਬੰਦੀ ਦਾ ਆਪਣਾ ਆਪਣਾ। ਅਸੀਂ ਮਿਨੀਮਮ ਪ੍ਰੋਗਰਾਮ 'ਤੇ ਇਕੱਠੇ ਹੋਏ ਹਾਂ, ਅਸੀਂ ਉਹਨਾਂ ਜਥੇਬੰਦੀਆਂ ਨਾਲ ਇਕੱਠੇ ਹੋਏ ਹਾਂ ਜਿਹੜੀਆਂ ਚੋਣਾਂ 'ਚ ਵੀ ਹਿੱਸਾ ਲੈਂਦੀਆਂ ਨੇ, ਜਿਹੜੀਆਂ ਚੋਣਾਂ ਲੜਦੀਆਂ ਨੇ, ਜਿਨ੍ਹਾਂ ਨਾਲ ਕਿ ਸਾਡੀ ਸਾਂਝੀ ਸਰਗਰਮੀ ਨਹੀਂ ਹੋ ਸਕਦੀ, ਉਹਨਾਂ ਨੂੰ ਵੀ ਅਸੀਂ ਇਹ ਇਸ ਗੱਲ 'ਤੇ ਅਸੀਂ ਉਹਨਾਂ ਨਾਲ ਵੀ ਸਾਂਝੀ ਸਰਗਰਮੀ ਕੀਤੀ ਹੈ, ਕਿਉਂਕਿ ਵੱਡਾ ਮਸਲਾ ਸੀ, ਇਕੱਲਿਆਂ ਤੋਂ ਲੜਿਆ ਨਹੀਂ ਸੀ ਜਾਣਾ। ਇਸ ਕਰਕੇ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ, ਸਾਰੀਆਂ ਹਿੰਦੁਸਤਾਨ ਦੀਆਂ ਜਥੇਬੰਦੀਆਂ ਇੱਕ ਫਰੰਟ 'ਤੇ ਆਈਆਂ ਨੇ। ਵੱਡੇ ਬਖਰੇਵੇਂ ਹੈਗੇ ਨੇ ਸਾਡੇ ਵਿਚਾਰ ਤਰਕ, ਉਹ ਮਿਟੇ ਨਹੀਂ, ਉਹ ਜਿੰਨਾ ਚਿਰ ਰਹਿਣਗੇ ਉਹ ਬਖਰੇਵੇਂ ਮਿਟਾ ਕੇ ਅਸੀਂ ਫਿਰ ਇਕੱਠੇ ਹੋ ਕੇ ਲੜਾਂਗੇ, ਇਹ ਤਾਂ ਸੰਭਵ ਹੀ ਨਹੀਂ ਹੋਣਾ। ਮਿਨੀਮਮ ਪ੍ਰੋਗਰਾਮ 'ਤੇ ਅਸੀਂ ਇਕੱਠੇ ਹਾਂ, ਵਿਚਾਰ ਤਰਕ ਬਖਰੇ ਮੈਂ ਸਾਡੇ ਸਟੈਂਡ ਕਰ। ਯਾਨੀ ਕ੍ਰਿਸ਼ੀ ਅੰਦੋਲਨ 'ਤੇ ਤੁਸੀਂ ਇਕੱਠੇ ਹੋ? ਬਿਲਕੁਲ। ਜਿਹੜਾ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਤੁਹਾਨੂੰ ਇਤਰਾਜ਼ ਆ ਉਹ ਸਹੀ ਹੈ, ਲੇਕਿਨ ਬਾਕੀ ਸਾਂਝ ਹੈ ਨਹੀਂ ਹਲੇ? ਬਾਕੀ ਸਾਂਝਾਂ ਹੈਗੀਆਂ, ਉਹ ਕਿਸੇ ਨਾਲ ਕਿੰਨੀ ਕੁ ਸਾਂਝ ਆ, ਕਿਸੇ ਨਾਲ ਕਿੰਨੀ ਕੁ ਸਾਂਝ ਹੈ, ਉਹ ਸਾਂਝਾਂ ਹੈਗੀਆਂ, ਮੁੱਦੇ ਵੀ ਸਾਂਝੇ ਹੈਗੇ। ਉਹ ਜਦੋਂ ਮੁੱਦਿਆਂ ਦੀ ਸਾਂਝ ਹੋਊ, ਫਿਰ ਉਹ ਕੁਛ ਮੁੱਦਿਆਂ ਦੀ ਜਿਨ੍ਹਾਂ 'ਤੇ ਸਾਂਝ ਬਣਦੀ ਹੈ ਉਦੋਂ ਅਸੀਂ ਛਾਂਟ ਲੈਂਦੇ ਹੁੰਦੇ ਹਾਂ। ਜਿਵੇਂ ਹੁਣ ਕਰਜ਼ੇ ਵਾਲਾ ਮੁੱਦਾ, ਜਿਹੜੀਆਂ ਜਥੇਬੰਦੀਆਂ ਕਰਜ਼ੇ 'ਤੇ ਲੜਨਾ ਚਾਹੁੰਦੀਆਂ ਨੇ, ਖੁਦਕੁਸ਼ੀ ਵਾਲਾ ਮੁੱਦਾ, ਜੇ 'ਤੇ ਬੇਰੁਜ਼ਗਾਰੀ ਵਾਲਾ ਇਸ਼ੂ ਹੈ, ਨਸ਼ਿਆਂ ਵਾਲਾ ਇਸ਼ੂ ਹੈ, ਜਿਹੜੀਆਂ ਜਥੇਬੰਦੀਆਂ ਇਹਨਾਂ ਇਸ਼ੂਆਂ 'ਤੇ ਲੜਨਾ ਚਾਹੁੰਦੀਆਂ ਨੇ, ਉਹ ਇਕੱਠੀਆਂ ਹੋ ਕੇ ਲੜ ਲੈਣਗੀਆਂ। ਮੁੱਦਿਆਂ 'ਤੇ ਸਾਂਝ ਬਣ ਜੇ, ਉਦੋਂ ਪਿੱਛੋਂ ਬਖਰੇਵੇਂ ਤਾਂ ਫਿਰ ਵੀ ਰਹਿਣਗੇ ਇਹਨਾਂ ਦੇ, ਆਪਸ ਵਿੱਚ ਬਖਰੇਵੇਂ ਤਾਂ ਰਹਿੰਦੇ ਹੁੰਦੇ ਨੇ। ਜੇ ਬਖਰੇਵੇਂ ਮਿਟ ਜਾਂਦੇ ਨੇ, ਫਿਰ ਤਾਂ ਜਥੇਬੰਦੀ ਅੱਡ ਕਰਨ ਦਾ ਸਵਾਲ ਹੀ ਨਹੀਂ, ਫਿਰ ਤਾਂ ਸਾਰੀਆਂ ਜਥੇਬੰਦੀਆਂ ਇੱਕ ਝੰਡੇ ਥੱਲੇ ਇਕੱਠੀਆਂ ਹੋ ਜਾਣਗੀਆਂ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਉਹਨਾਂ ਨੇ ਵੱਡੀ ਗਿਣਤੀ 'ਚ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ, ਔਰ ਇਹ ਪੋਸੀਬਲ ਨਹੀਂ ਸੀ ਕਿਸੇ ਲਈ ਵੀ ਕਰਨਾ ਜੋ ਉਹਨਾਂ ਨੇ ਕਰ ਦਿਖਾਇਆ। ਕਿੰਨੇ ਕੁ ਸਹਿਮਤ ਹੋ ਇੱਕ ਵੱਡੀ ਕਿਸਾਨ ਜਥੇਬੰਦੀ ਦੇ ਆਗੂ ਹੋਣ ਦੇ ਨਾਤੇ ਤੁਸੀਂ? ਮੈਂ ਸਮਝਦਾ ਵੀ ਕੈਪਟਨ ਸਾਹਿਬ ਨੇ ਨਾ ਕਿਸਾਨਾਂ ਨਾਲ ਧੋਖਾ ਕੀਤਾ। ਕਿਵੇਂ? ਕੈਪਟਨ ਸਾਹਿਬ ਨੇ ਚੋਣ ਲੜਨ ਤੋਂ ਪਹਿਲਾਂ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਕਿਹਾ ਸੀ, ਉਹਦੀ ਹੁਣ ਵੀ ਵੀਡੀਓ ਵਾਇਰਲ ਹੋ ਰਹੀ ਹੈ, ਕਿ ਮੈਂ ਜਦੋਂ ਸੱਤਾ 'ਚ ਆ ਗਿਆ ਮੈਂ ਕਿਸਾਨਾਂ ਦਾ ਸਾਰਾ ਕਰਜ਼ਾ ਖਤਮ ਕਰੂੰ, ਚਾਹੇ ਆੜ੍ਹਤੀਆਂ ਦਾ ਹੋਵੇ, ਚਾਹੇ ਸੁਸਾਇਟੀਆਂ ਦਾ ਹੋਵੇ, ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ, ਨਾ ਕੁਰਕੀਆਂ ਪੂਰੀਆਂ ਹੋਈਆਂ ਨੇ, ਨਾ ਫਸਲਾਂ ਦੀ ਪੂਰੀ ਰਕਮ ਹੋਈ ਹੈ, ਨਾ ਕਰਜ਼ਾ ਖਤਮ ਹੋਇਆ, ਨਾ ਰੁਜ਼ਗਾਰ ਦਿੱਤਾ ਗਿਆ, ਨਾ ਨਸ਼ੇ ਖਤਮ ਹੋਏ ਨੇ, ਇਹ ਸਾਰੇ ਉਹਨੇ ਵਾਅਦੇ ਕੀਤੇ ਹੋਏ ਨੇ। ਜਿਹੜਾ ਕਹਿੰਦਾ ਵੀ ਕਰਜ਼ਾ ਖਤਮ ਕਰਤਾ, ਕਿਸੇ ਦਾ 2 ਲੱਖ ਕਰਤਾ, ਕਿਸੇ ਦਾ 1 ਲੱਖ ਕਰਤਾ, ਕਿਸੇ ਦਾ ਥੋੜ੍ਹਾ ਬਹੁਤਾ ਹੋ ਗਿਆ, ਜੇ ਉਹ ਕਹਿੰਦਾ ਵੀ 1 ਲੱਖ ਕਰੋੜ ਰੁਪਇਆ ਕਰਜ਼ਾ ਕਿਸਾਨਾਂ ਦੇ ਸਿਰ, ਜੇ ਉਹਨੇ ਕੁਛ ਥੋੜ੍ਹਾ ਬਹੁਤਾ ਰਿਟਰਨ ਕਰਤਾ, ਇੰਨਾ ਵਿਆਜ ਵੱਧ ਜਾਣਾ, ਕਰਜ਼ਾ ਉੱਥੇ ਹੋ ਜਾਣਾ, ਇੱਦਾਂ ਤਾਂ ਚੰਗਾ ਹੁੰਦਾ, ਕੁਛ ਤਾਂ ਕਲੀਅਰ ਕਰ ਦਿੰਦਾ, ਜਾਂ ਉਹੀ ਕਹਿ ਦਿੰਦਾ ਚੋਣਾਂ ਵੇਲੇ ਵੀ ਮੈਂ ਤਾਂ ਭਾਈ 2 ਕਿੱਲਿਆਂ ਵਾਲੇ ਜਾਂ 1 ਕਿੱਲੇ ਵਾਲੇ ਕਿਸਾਨਾਂ ਦਾ ਟੋਟਲ ਕਰਜ਼ਾ ਖਤਮ ਕਰਤਾ, ਹੇਠਾਂ ਤੋਂ ਲੱਗ ਜਾਂਦਾ ਵੀ ਇੰਨਾ ਕੁ ਤਾਂ ਮੈਂ ਸਾਰਾ ਖਤਮ ਕਰਤਾ, ਇੰਨਾ ਕੁ ਤਾਂ ਮੈਂ ਗਾਹਾਂ ਕਰ ਦੂੰ, ਇੰਨਾ ਕੁ ਤਾਂ ਮੈਂ ਗਾਹਾਂ ਕਰ ਦੂੰ। ਇਹ ਤਾਂ ਕਿਸੇ ਦਾ ਨਹੀਂ 2 ਲੱਖ ਰੁਪਇਆ ਮਾਫ਼ ਕੀਤਾ, ਪਤਾ ਨਹੀਂ ਕਿੰਨਾ, ਹੁਣ ਕਹਿੰਦਾ ਵੀ ਮੈਂ ਇੰਨੇ 100 ਕਰੋੜ ਰੁਪਇਆ ਮਾਫ਼ ਕਰਤਾ ਕਿਸਾਨਾਂ ਦਾ, ਇਹ ਕਿਸੇ ਖਾਤੇ 'ਚ ਨਹੀਂ, ਜਾਂ ਮੁਕੰਮਲ ਸਾਫ਼ ਕਰੇ ਜਾਂ ਵਾਅਦਾ ਨਾ ਕਰੇ। ਤੁਸੀਂ ਇੰਨੀਆਂ ਜਥੇਬੰਦੀਆਂ ਹੋ ਪੰਜਾਬ 'ਚ, ਇੰਨੀਆਂ ਪ੍ਰਭਾਵ ਰੱਖਦੀਆਂ ਹੋ, ਲੀਡਰਾਂ 'ਤੇ ਵੀ, ਪਾਰਟੀਆਂ 'ਤੇ ਵੀ ਪ੍ਰਭਾਵ ਰੱਖਦੇ ਹੋ ਤੁਸੀਂ, ਕਦੀ ਇਕੱਠੇ ਹੋ ਕੇ ਸਾਰੇ ਕਿਸਾਨ ਆਗੂ ਗਏ ਕਿਉਂ ਨਹੀਂ ਚੀਫ ਮਿਨਿਸਟਰ ਕੋਲ ਗੱਲ ਲੈ ਕੇ ਕਿ ਤੁਸੀਂ ਜੋ ਵਾਅਦਾ ਕੀਤਾ ਸੀ ਉਹਦੇ ਮੁਤਾਬਕ ਨਹੀਂ ਮਿਲਿਆ? ਜਦੋਂ ਗੱਲਾਂ ਚੱਲਦੀਆਂ ਨੇ ਬਹੁਤ ਵਾਰੀ ਕੀਤੀਆਂ ਨੇ ਇਹ ਗੱਲਾਂ। ਕਿਹਦੇ ਨਾਲ? ਕੈਪਟਨ ਅਮਰਿੰਦਰ ਸਿੰਘ ਨਾਲ ਵੀ ਕੀਤੀਆਂ ਨੇ। ਕੀ ਜਵਾਬ ਹੁੰਦਾ ਉਹਨਾਂ ਦਾ? ਜਵਾਬ ਪੈਸੇ ਹੀ ਨਹੀਂ, ਖਜ਼ਾਨਾ ਹੀ ਨਹੀਂ ਜੀ, ਫਿਰ ਤੁਸੀਂ ਵਾਅਦੇ ਕਿਉਂ ਕੀਤੇ ਨੇ? ਇਹ ਨਹੀਂ ਵੀ ਇਕੱਲਾ ਅਮਰਿੰਦਰ, ਬਾਦਲ ਵੀ, ਅਮਰਿੰਦਰ ਵੀ, ਹੇਰੇ ਇੱਕ ਵਾਰ ਕਹਿੰਦੇ ਨੇ ਜੀ, ਅਤੇ ਫਿਰ ਚੋਣਾਂ ਵੇਲੇ ਤਾਂ ਜੀ ਸਾਰਾ ਕੁਛ ਕਹਿਣਾ ਪੈਂਦਾ, ਚੋਣਾਂ ਵੇਲੇ ਤਾਂ ਜੀ ਐਂ ਕਰਨਾ ਪੈਂਦਾ, ਫਿਰ ਵੋਟਾਂ ਵੀ ਤਾਂ ਲੈਣੀਆਂ ਨੇ, ਆਹ ਜਵਾਬ ਹੁੰਦੇ ਨੇ ਇਹਨਾਂ ਦੇ। ਬਾਦਲ ਵੀ ਇਹੀ ਜਵਾਬ ਦਿੰਦਾ ਹੁੰਦਾ, ਕੈਪਟਨ ਸਾਹਿਬ ਦਾ ਵੀ ਇਹੀ ਜਵਾਬ ਹੈ। 2002 ਦੇ ਵਿੱਚ ਇਹਦੀ ਸਰਕਾਰ ਆਈ ਸੀ, ਆਉਂਦਿਆਂ ਸਾਰੇ ਨੇ ਬਿਜਲੀ ਦੇ ਬਿੱਲ ਆਏ ਸੀ, ਅਸੀਂ ਜਦੋਂ ਇਹਨੂੰ ਪੁੱਛਿਆ ਵੀ ਤੁਸੀਂ ਚੋਣਾਂ 'ਚ ਵਾਅਦਾ ਕੀਤਾ ਸੀ ਵੀ ਮੈਂ ਮੋਟਰਾਂ ਦੇ ਬਿੱਲ ਤਾਂ ਫ੍ਰੀ ਰੱਖੂੰਗਾ, ਤੁਸੀਂ ਫਿਰ ਲਾਗੂ ਕਰਤੇ? ਕਹਿੰਦੇ ਜੇ ਤਾਂ ਕਹਿਣਾ ਹੀ ਪੈਂਦਾ, ਇਲੈਕਸ਼ਨਾਂ 'ਚ ਵੋਟਾਂ ਲੈਣੀਆਂ। ਪਰ ਬਾਅਦ 'ਚ ਫਿਰ ਫ੍ਰੀ ਵੀ ਕਰਤੇ ਸੀ? ਜਦੋਂ ਲੜਾਈ ਹੋਣ ਤੋਂ ਬਾਅਦ ਚੋਣਾਂ ਨੇੜੇ ਆ ਗਈਆਂ, ਫਿਰ ਫ੍ਰੀ ਕਰਨੇ ਪਏ ਕਿ ਜਵਾਬ ਦੇਣਾ ਸੀ ਲੋਕਾਂ ਨੂੰ? ਅਸੀਂ 2-3 ਜਥੇਬੰਦੀਆਂ ਨੇ ਭਰੇ ਨਹੀਂ, ਬਾਈਕਾਟ ਕਰਤਾ, ਸਾਡੇ ਮਾਫ਼ ਕਰਨੇ ਪਏ ਉਹਨਾਂ ਨੂੰ। ਯਾਨੀ ਜੋ ਸਿਆਸੀ ਲੀਡਰ ਗੱਲ ਕਰਦੇ ਆ ਉਹ ਕਿਸਾਨ ਜਥੇਬੰਦੀਆਂ ਨੂੰ ਵੀ ਪਤਾ ਹੁੰਦਾ ਵੀ ਇਹ ਕਿੰਨੀ ਕੁ ਪੁੱਗਣੀ ਹੈ ਅਤੇ ਕਿੰਨੀ ਕੁ ਨਹੀਂ ਰਹਿਣੀ? ਪਤਾ, ਜਦੋਂ ਇਹ ਐਂ ਕਹਿੰਦਾ ਵੀ ਸਾਰਾ ਕਰਜ਼ਾ ਮਾਫ਼ ਕਰ ਦੂੰ, ਮੈਂ ਘਰ ਘਰ ਨੂੰ ਰੁਜ਼ਗਾਰ ਦੇ ਦੂੰ, ਮੈਂ ਨਸ਼ੇ ਨੂੰ 1 ਮਹੀਨੇ 'ਚ ਖਤਮ ਕਰ ਦੂੰ, ਇਹ ਕਿਵੇਂ ਸੰਭਵ ਹੋ, ਕਿਵੇਂ ਪੋਸੀਬਲ ਹੋ? ਸਾਨੂੰ ਪਤਾ ਵੀ ਝੂਠੇ ਕਰ ਰਹੇ, ਵਾਅਦੇ ਕਰ ਰਹੇ ਨੇ, ਦੱਸੋ ਜਾਂ ਬੇਸਿਕਲੀ ਦੱਸਣ ਕਿਹੜੇ ਦਾ ਮਤਲਬ ਝੂਠਿਆਂ ਵਾਅਦਿਆਂ ਦੀ ਜਿਤਾਤਾ, ਝੂਠੇ ਸੀਟਾਂ ਝੂਠਿਆਂ ਵਾਅਦੇ? ਜਨਤਾ ਨੇ ਜਿਤਾਉਣਾ, ਜਨਤਾ ਜਦੋਂ ਸੁਣਦੀ ਨਹੀਂ ਗੱਲ, ਜਨਤਾ ਨੇ ਸੁਣ ਕੇ ਫਿੱਟ ਲੱਗੀ ਵੀ ਯਾਰ ਚੰਗਾ ਹੈ, ਕਰਜ਼ਾ ਮਾਫ਼ ਕਰ ਦੂਗਾ ਕੈਪਟਨ, ਚੱਲ ਜੇ 100% ਨਹੀਂ ਲੱਗੂਗਾ 50% ਹੀ ਕਰੂਗਾ, ਉਹ ਤਾਂ 50 ਨਾ 5, ਉਹ ਤਾਂ ਕੁਛ ਵੀ ਨਹੀਂ ਹੋਇਆ, ਪਰਸੈਂਟੇਜ ਤਾਂ ਕੋਈ ਬਣਦੀ ਨਹੀਂ। ਅਤੇ ਹੁਣ ਜਦੋਂ ਇਹਨਾਂ ਨੇ ਕਿਹਾ ਕਿਸਾਨ ਅੰਦੋਲਨ ਦੇ ਕਾਰਨ 113 ਜਗ੍ਹਾ 'ਤੇ ਕਿਸਾਨ ਬੈਠੇ ਹੋਏ ਹੈ ਅਤੇ ਪੰਜਾਬ ਦੀ ਆਰਥਿਕ ਸਥਿਤੀ ਕਮਜ਼ੋਰ ਹੋ ਰਹੀ ਹੈ ਇਹਦੇ ਨਾਲ, ਅਤੇ ਹੁਣ ਕੀ ਕਹੋਗੇ? ਕਿਹੜੇ ਪਾਸੋਂ ਕਮਜ਼ੋਰ ਹੋ ਗਈ? ਸ਼ੋਪਿੰਗ ਮਾਲਾਂ 'ਤੇ ਬੈਠੇ ਹਾਂ, ਵਾਲਮਾਰਟ ਦਾ ਸਮਾਨ ਵਿਕਣੋ ਹਟਿਆ, ਪ੍ਰਚੂਨ ਖੇਤਰ ਵਾਲਿਆਂ ਨੂੰ ਫਾਇਦਾ ਹੋ ਗਿਆ, ਟੋਲ ਪਲਾਜ਼ਿਆਂ 'ਤੇ ਬੈਠੇ ਹਾਂ, 800 ਕਰੋੜ ਦਾ, 900 ਕਰੋੜ ਦਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋ ਗਿਆ। ਪੰਜਾਬ ਦੇ ਲੋਕਾਂ ਨੂੰ ਕਿਵੇਂ ਫਾਇਦਾ ਹੋਇਆ? ਪੰਜਾਬ ਦੇ ਲੋਕਾਂ ਨੇ ਜਿਹੜੇ ਪਰਚੀਆਂ ਕਟਾਉਂਦੇ ਸੀ, ਉਹ ਪੰਜਾਬ ਦੇ ਲੋਕ, ਉਹਨਾਂ
ਵੀ ਆਹ ਸਾਡੇ ਜਿਹੜੇ 112-13 ਜਗ੍ਹਾ 'ਤੇ ਧਰਨੇ ਚੱਲਦੇ ਨੇ, ਅਸੀਂ ਰੇਲਾਂ ਦੀਆਂ ਗੱਡੀਆਂ 'ਤੇ ਬੈਠੇ ਨੇ, ਸਾਡੀਆਂ ਜਥੇ ਬਣੀਆਂ ਰੇਲਾਂ ਛੱਡ ਰੱਖੀਆਂ ਨੇ, ਪਾਰਕਾਂ 'ਚ ਬੈਠੇ ਨੇ, ਕੋਈ ਰੇਲ ਦਾ ਨੁਕਸਾਨ ਹੋ ਗਿਆ? ਅਸੀਂ ਸ਼ੀਲੋ ਗੋਦਾਮ ਦੇ ਮੂਹਰੇ ਬੈਠੇ ਹਾਂ, ਅਡਾਨੀ ਦਾ ਗੋਦਾਮ ਹੈ, ਦੱਸੋ ਕਿਹੜੀ ਕੇਂਦਰ ਸਰਕਾਰ ਦਾ, ਕਿਹੜੀ ਸਰਕਾਰ ਦਾ ਨੁਕਸਾਨ ਹੋ ਗਿਆ? ਪਾਵਰ ਪਲਾਂਟਾਂ ਮੂਹਰੇ ਬੈਠੇ ਹਾਂ, ਦੱਸੋ ਕਿਹੜੀ ਕਿਹੜੀ ਸਰਕਾਰ ਦਾ ਨੁਕਸਾਨ ਹੋ ਗਿਆ? ਸਮਝ ਨਹੀਂ ਆਉਂਦੀ ਕਿਵੇਂ ਕਹੀ ਜਾਂਦਾ ਉਹ ਵੀ ਇਕਨੋਮਿਕ। ਚੀਫ ਮਿਨਿਸਟਰ ਨੂੰ ਲੱਗਦਾ ਹੈ ਕਿ ਜੇ ਇੰਡਸਟਰੀ ਭੱਜਣ ਲੱਗ ਗਈ ਪੰਜਾਬ 'ਚੋਂ ਤਾਂ ਲੈ ਦੇ ਕੇ ਨੁਕਸਾਨ ਤਾਂ ਪੰਜਾਬ ਦਾ ਹੋਊਗਾ ਨਾ, ਇਕਨੋਮੀ ਦਾ ਹੋਊਗਾ ਨਾ। ਰੌਲਾ ਇੱਥੇ ਹੈ ਕਿ ਇਹ ਦੇਖਣ ਵਿੱਚ ਵੱਖਰੇ ਲੱਗਦੇ ਨੇ, ਨੀਤੀਆਂ ਸਾਰਿਆਂ ਦੀਆਂ ਇੱਕ ਨੇ, ਪੂੰਜੀ ਦਾ ਬਾਹਰਲੀਆਂ ਵਿਦੇਸ਼ੀ ਕੰਪਨੀਆਂ ਦਾ ਕਾਰਪੋਰੇਟ ਦੀ ਪੂੰਜੀ ਨਿਵੇਸ਼ ਕਰਕੇ ਜਿਹੜੀਆਂ ਮੋਦੀ ਨੀਤੀਆਂ ਲੈ ਕੇ ਆ ਰਿਹਾ, ਕਾਂਗਰਸ ਉਸ ਨੀਤੀਆਂ 'ਤੇ ਪਹਿਰਾ ਦਿੰਦੀ ਰਹੀ, ਕਾਂਗਰਸ ਉਹਨਾਂ ਨੀਤੀਆਂ 'ਤੇ ਸਹਿਮਤ ਹੈ। ਅਸੀਂ ਤਦੇ ਕਹਿੰਦੇ ਹਾਂ ਵੀ ਇਹ ਜਾਤ ਬੋਤ ਇਹਨਾਂ ਦੀ ਇੱਕੋ ਹੀ ਆ, ਇਹਨੂੰ ਵੀ ਕੰਪਨੀਆਂ ਦਾ ਹੇਜ ਮਾਰਦਾ। ਤੁਸੀਂ ਦੇਖਿਆ ਹੋਣਾ 2007 ਦੀਆਂ ਚੋਣਾਂ ਤੋਂ ਪਹਿਲਾਂ 2005-06 ਦੇ ਵਿੱਚ ਵੱਡੀ ਪੱਧਰ 'ਤੇ ਪੋਸਟਰ ਲੱਗੇ ਹੋਏ ਸੀ ਕਿ ਬਹੁ ਕੰਪਨੀਆਂ ਪੈਸੇ ਲਾਉਣ, ਜ਼ਮੀਨਾਂ ਬਣੀਆਂ ਸੋਨੇ ਦੀ ਖਾਣ। ਉਦੋਂ ਇਹਨੇ ਜ਼ੋਰ ਲਾਇਆ ਸੀ ਜਬਰੀ ਜ਼ਮੀਨਾਂ ਕਹਿਰ ਕਰਨ ਦਾ, ਜਿਹੜੀ ਧੌਲੇ ਟ੍ਰਾਈਡੈਂਟ ਦੀ ਕੰਪਨੀ ਹੈ ਉਹਨੂੰ ਜਬਰੀ ਜ਼ਮੀਨ ਕਹਿਰ ਕਰਕੇ ਦਿੱਤੀ ਸੀ ਕੈਪਟਨ ਦੇ ਰਾਜ 'ਚ। ਉਦੋਂ ਕੈਪਟਨ ਦਾ ਇਹ ਸੀਗਾ ਵੀ ਮੈਂ ਆਪਦੇ ਰਾਜਕਾਲ ਦੌਰਾਨ ਕਿੰਨੀ ਪੂੰਜੀ, ਕਿੰਨੀ ਜ਼ਮੀਨ ਕਹਿਰ ਕਰਕੇ ਜਬਰੀ ਕੰਪਨੀਆਂ ਨੂੰ ਬਿਠਾ ਦਿਆਂ, ਇਹ ਉਹਨਾਂ ਦੀ ਪੋਲਿਸੀ ਦਾ ਹਿੱਸਾ ਹੈ, ਉੱਥੋਂ ਬੋਲਦੇ ਨੇ ਕੈਪਟਨ ਸਾਹਿਬ, ਦੂਜਾ ਕੋਈ ਰੌਲਾ ਨਹੀਂ। ਪਰ ਉੱਥੇ ਰੁਜ਼ਗਾਰ ਤਾਂ ਆਪਣੇ ਹੀ ਪੰਜਾਬ ਦੇ ਬੱਚਿਆਂ ਨੂੰ ਮਿਲਦਾ ਹੈ ਨਾ, ਉਹ ਕੋਈ ਬਾਹਰੋਂ ਆ ਕੇ ਥੋੜ੍ਹਾ ਲੱਗਦਾ। ਜਿਹੜਾ ਪ੍ਰਾਈਵੇਟ ਰੁਜ਼ਗਾਰ ਹੈ ਉਹ ਕਾਹਦਾ ਰੁਜ਼ਗਾਰ ਹੈ? ਰੁਜ਼ਗਾਰ ਤਾਂ ਸਕੂਲਾਂ 'ਚੋਂ ਮਿਲਦਾ, ਉਹ ਬੰਦ ਕਰੀ ਜਾਂਦੇ ਆ। ਰੁਜ਼ਗਾਰ ਸਰਕਾਰੀ ਹਸਪਤਾਲਾਂ 'ਚੋਂ ਮਿਲਦਾ, ਰੁਜ਼ਗਾਰ ਬਿਜਲੀ ਬੋਰਡ 'ਚੋਂ ਮਿਲਦਾ, ਉਹ ਇਹ ਵੇਚੀ ਜਾਂਦੇ ਨੇ। ਪਬਲਿਕ ਅਦਾਰਿਆਂ 'ਚੋਂ ਰੁਜ਼ਗਾਰ ਮਿਲਦਾ, ਰੋਡਵੇ 'ਚੋਂ ਰੁਜ਼ਗਾਰ ਮਿਲਦਾ, ਰੇਲਵੇ 'ਚ ਰੁਜ਼ਗਾਰ ਮਿਲਦਾ। ਰੁਜ਼ਗਾਰ ਦੇ ਸਾਧਨ ਜੇ ਸਰਕਾਰੀ ਰੁਜ਼ਗਾਰ ਦੇ ਸਾਧਨ ਨੇ, ਤੁਸੀਂ ਉਹ ਪਬਲਿਕ ਸੈਕਟਰ ਦਾ ਵੇਚੀ ਜਾਂਦੇ ਹੋ, ਰੁਜ਼ਗਾਰ ਤਾਂ ਉੱਥੋਂ ਮਿਲਣੇ ਨੇ। ਆਹ ਜਿਹੜਾ ਠੇਕੇਦਾਰ ਕੋਲ ਬੰਦੇ ਨੇ ਰੁਜ਼ਗਾਰ ਕਰਕੇ, ਜਿਹੜੇ ਮੇਲੇ ਲਾ ਰਹੇ ਨੇ ਹੁਣ, ਮੰਡੀਆਂ ਲਾ ਰਹੇ ਨੇ ਨੌਜਵਾਨ ਮੁੰਡਿਆਂ ਦੀਆਂ, ਉਹ ਕਾਹਦਾ ਰੁਜ਼ਗਾਰ ਹੈ? ਉਹ ਤਾਂ ਇਹ ਨਹੀਂ ਪਤਾ ਮੈਂ ਹੁਣ ਆਇਆ, ਆ ਕੇ ਮੈਂ ਬਾਹਰੋਂ ਕੰਮ ਕਰਕੇ ਆਇਆ, ਮੈਨੂੰ ਗੇਟ ਦੇ ਅੰਦਰ ਵੜਦਿਆਂ ਸਰ ਕਹਿਣ ਕਾਰਡ ਜਮ੍ਹਾਂ ਕਰਾ ਦੀ, ਬਿਸਤਰਾ ਚੱਕ ਜਾ, ਇਹ ਕਾਹਦਾ ਰੁਜ਼ਗਾਰ ਹੈ? ਅਤੇ ਜਿਹੜੀ ਯੋਗਤਾ ਹੁੰਦੀ ਹੈ, ਯੋਗਤਾ ਅਗਲਾ ਐਮ ਫਿਲ ਪਾਸ ਹੁੰਦਾ ਅਤੇ ਉਹਨੂੰ ਤਨਖਾਹ ਮਿਲਦੀ 8,000 ਰੁਪਇਆ, ਉਹਦੇ ਨਾਲ ਤਾਂ ਉਹਦੇ ਕੱਪੜੇ ਵੀ ਨਹੀਂ ਬਣਦੇ, ਇਹ ਕਾਹਦਾ ਰੁਜ਼ਗਾਰ ਹੈ? ਪਰ ਇਸ ਗੱਲ ਦਾ ਵੀ ਬੜਾ ਵਿਰੋਧ ਹੋ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੇ ਤੁਸੀਂ ਧਰਨੇ ਲਾਉਣੇ ਹੀ ਹੈ ਤਾਂ ਜਾ ਕੇ ਹਰਿਆਣੇ 'ਚ ਦਿੱਲੀ ਦੇ ਬਾਰਡਰਾਂ 'ਤੇ ਲਾਓ ਧਰਨੇ, ਤੁਸੀਂ ਇੱਥੇ ਕਿਉਂ ਕਰਦੇ ਹੋ? ਉਹਦਾ ਬੀਜੇਪੀ ਹਰਿਆਣਾ ਵਾਲੀ ਬੜੀ ਵਿਰੋਧ ਕਰ ਰਹੇ ਵੀ 10 ਮਹੀਨੇ ਹੋ ਗਏ ਅੰਦੋਲਨ ਚੱਲਦੇ ਨੂੰ, ਸਾਲ ਹੋ ਗਿਆ ਸਾਨੂੰ ਧਰਨੇ ਲਾਇਆ ਨੂੰ, 1 ਅਕਤੂਬਰ ਨੂੰ ਸਾਨੂੰ ਮਤਲਬ ਸਾਲ ਹੋ ਜਾਣਾ। 1 ਅਕਤੂਬਰ ਤੋਂ ਅਸੀਂ ਸ਼ੋਪਿੰਗ ਮਾਲ, 1 ਬੀਜੇਪੀ ਦੇ ਆਗੂਆਂ ਦੇ ਘਰੋਂ ਟੋਲ ਪਲਾਜ਼ੇ ਸਾਡੇ ਘੇਰੇ ਹੋਏ ਨੇ। ਇਹ ਸਾਲ ਬਾਅਦ ਅਮਰਿੰਦਰ ਨੂੰ ਕਿਵੇਂ ਇਹ ਆ ਗਿਆ ਯਾਦ ਵੀ ਹੁਣ ਇਹਨਾਂ ਨੂੰ ਕਹਾਂ ਵੀ ਧਰਨੇ ਚੱਕ ਲਓ? ਇਹ ਬੀਜੇਪੀ ਨੇ ਤਾਂ ਨਹੀਂ ਕਿਤੇ ਸੁਨੇਹਾ ਭੇਜਦਾ ਵੀ ਭਾਈ ਧਰਨੇ ਚੁਕਾ? ਨਹੀਂ, ਉਹ ਬੀਜੇਪੀ ਦੀ ਗੱਲ ਕਿਉਂ ਕਰਨਗੇ ਕਾਂਗਰਸ ਰਾਜ 'ਚ? ਇਹੀ ਤਾਂ ਸਮਝ ਨਹੀਂ ਆਉਂਦੀ। ਨਾਲ ਤਾਂ ਕਹਿੰਦਾ ਮੈਂ ਤੁਹਾਡੇ ਨਾਲ ਹਾਂ, ਹੁਣ ਉਹਨੂੰ ਪੁੱਛੇ ਵੀ 1 ਸਾਲ ਤੋਂ ਅਸੀਂ ਅੰਦੋਲਨ ਲੜ ਰਹੇ ਹਾਂ, ਅੱਜ ਉਹ ਕਹਿੰਦਾ ਵੀ ਧਰਨੇ ਚੱਕ ਲਓ, ਕੀ ਇਹ ਅੰਦੋਲਨ ਨੂੰ ਫੇਲ ਕਰਨ ਦੀ ਚਾਲ ਨਹੀਂ ਹੈਗੀ ਖੇਡ? ਕੀ ਇਹ ਸਾਡੇ ਅੱਜ ਧਰਨੇ ਚੱਕੇ ਇਹ ਨਹੀਂ ਕਹਿਣਗੇ ਵੀ ਅੰਦੋਲਨ 'ਚੋਂ ਹਾਰ ਗਏ? ਸਾਡਾ ਕੋਈ ਵੀ ਇੱਕ ਪੁਆਇੰਟ, ਇੱਕ ਪੁਆਇੰਟ ਤੋਂ ਜੇ ਅਸੀਂ ਧਰਨਾ ਚੱਕਦੇ ਹਾਂ ਤਾਂ ਇਹਦੇ ਕੀ ਅਰਥ ਲੈਣਗੇ ਲੋਕ? ਤੁਸੀਂ ਆਪ ਦੱਸੋ, ਤੁਸੀਂ ਮੀਡੀਆ ਨਾਲ ਜੁੜੇ ਹੋਏ ਹੋ, ਸਾਡਾ ਕੋਈ ਵੀ ਇੱਕ ਪੁਆਇੰਟ ਕਮਜ਼ੋਰ ਪੈ ਜਾਵੇ, ਘੱਟ ਗਿਣਤੀ ਹੋ ਜਾਵੇ, ਕੋਈ ਵੀ ਕਾਰਨ ਹੋ ਜਾਵੇ, ਉਹ ਕਾਰਨ ਕਰਕੇ ਅਸੀਂ ਕਹਿ ਦਈਏ 1 ਪੁਆਇੰਟ ਵਿਹਲਾ ਕਰ, ਅਤੇ ਲੋਕ ਉਹਦਾ ਕੀ ਅਰਥ ਕੱਢਣਗੇ, ਕੀ ਜਵਾਬ ਦੇਵਾਂਗੇ ਲੋਕਾਂ ਨੂੰ? ਇਹ ਵਜੂਦ ਦੀ ਲੜਾਈ ਬਣ ਗਈ ਹੈ ਹੁਣ? ਵਜੂਦ ਦੀ ਲੜਾਈ ਨਹੀਂ, ਇਹ ਪੋਲਸੀ ਦੀ ਲੜਾਈ ਹੈ। ਪੋਲਸੀ ਕਦੇ ਵੀ ਨਹੀਂ ਕਹਿੰਦੀ ਵੀ ਜੇ ਤੁਸੀਂ ਫੈਸਲਾ ਲੈਣਾ ਫਿਰ ਤਾਂ ਸਮੁੱਚੇ ਅਦਾਰੇ ਛੱਡਣ ਦਾ ਫੈਸਲਾ ਲਵਾਂਗੇ, ਜੇ ਫੈਸਲਾ ਲਵਾਂਗੇ ਫਿਰ ਤਾਂ ਸਮੁੱਚੇ ਘੋਲ ਨੂੰ ਚੱਕਣ ਦਾ ਫੈਸਲਾ ਲਵਾਂਗੇ, ਉੱਥੋਂ ਵਾਪਸੀ ਦਾ ਫੈਸਲਾ ਲਵਾਂਗੇ, ਉਦੋਂ ਕੋਈ ਫੈਸਲਾ ਹੋ ਸਕਦਾ? ਜਦੋਂ ਤੱਕ ਤੁਸੀਂ ਸਿੰਘੂ ਟੀਕਰੀ ਜਾਂ ਗਾਜੀਪੁਰ ਬਾਰਡਰ ਤੋਂ ਨਹੀਂ ਹਟਦੇ, ਪੰਜਾਬ 'ਚ ਜਿੰਨੇ ਧਰਨੇ ਆ ਭਾਵੇਂ ਚੀਫ ਮਿਨਿਸਟਰ ਕਹੋਵੇ ਭਾਵੇਂ ਪ੍ਰਾਈਮ ਮਿਨਿਸਟਰ ਕਹੇ, ਤੁਸੀਂ ਨਹੀਂ ਹਟਾਓਗੇ? ਡੈਫੀਨਟ ਚੱਲਣਗੇ, ਬਿਲਕੁਲ ਨਹੀਂ ਹਟਾਵਾਂਗੇ। ਜੋ ਚੀਫ ਮਿਨਿਸਟਰ ਨੇ ਕਿਹਾ ਇਸ ਤੋਂ ਬਾਅਦ ਬਿਲਕੁਲ ਸਵਾਲ ਹੀ ਨਹੀਂ, ਬਿਲਕੁਲ ਨਹੀਂ, ਇਹ ਤਾਂ ਬਾਜ ਵੀ ਨਹੀਂ ਬਣਦੀ। ਅਤੇ ਅਸੀਂ ਉੱਥੇ ਦਿੱਲੀ ਦੀ ਬਾਰਡਰ 'ਤੇ ਬੈਠੇ ਹਾਂ, 5 ਸੜਕਾਂ ਰੋਕੀ ਬੈਠੇ ਹਾਂ, ਸਾਰੇ ਹਿੰਦੁਸਤਾਨ ਦੇ ਵਿੱਚ ਲਲਾ ਹੋਈ ਪਈ ਹੈ, ਅਤੇ ਪੰਜਾਬ ਦੇ ਅਸੀਂ ਧਰਨੇ ਚੱਕ ਲਈਏ, ਕਿੱਧਰ ਨੂੰ ਜਾਊਗੀ ਗੱਲ? ਬੜੀ ਇਮਾਨਦਾਰੀ ਨਾਲ ਦੱਸਿਓ ਕਿ ਜਾਖੜ ਸਾਹਿਬ ਨੇ ਜਦੋਂ ਸਿੱਧੂ ਸਾਹਿਬ ਨੇ ਆਪਣਾ ਕੰਮ ਕਾਜ ਸੰਭਾਲਣਾ ਸੀ ਚੰਡੀਗੜ੍ਹ 'ਤੇ, ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਕਿਸਾਨਾਂ ਦੇ ਅੰਦੋਲਨ ਨੂੰ ਦਿੱਲੀ ਨੂੰ ਭੇਜਣ ਦਾ ਜੋ ਕੰਮ ਕੈਪਟਨ ਸਾਹਿਬ ਨੇ ਕੀਤਾ ਇਹ ਕੋਈ ਹੋਰ ਨਹੀਂ ਕਰ ਸਕਦਾ ਸੀ? ਕਿਆ ਕਿਸਾਨ ਜਥੇਬੰਦੀਆਂ ਕੈਪਟਨ ਸਾਹਿਬ ਦੇ ਕਹਿਣ ਤੇ ਉਧਰ ਗਈਆਂ ਸੀ? ਇਹ ਪਤਾ ਨਹੀਂ ਕਿੱਥੋਂ ਸੁਪਨਾ ਆ ਗਿਆ ਉਹਨਾਂ ਨੂੰ। ਤੁਸੀਂ ਸੁਣੀ ਇਹ ਸਟੇਟਮੈਂਟ ਹੈ ਨਹੀਂ ਉਹਨਾਂ ਦੀ? ਸਟੇਟਮੈਂਟਾਂ ਤਾਂ ਹੋਣਗੀਆਂ, ਵੀ ਇਹਦਾ ਮਤਲਬ ਇਹ ਵੀ ਇਸ ਅੰਦੋਲਨ ਦੀ ਅਗਵਾਈ ਕੈਪਟਨ ਸਾਹਿਬ ਕਰ ਰਿਹਾ, ਕੈਪਟਨ ਸਾਹਿਬ ਨੇ ਸਾਨੂੰ ਇੱਥੋਂ ਕਹਿ ਕੇ ਭੇਜਿਆ, ਫਿਰ ਤਾਂ ਇਹਦਾ ਮਤਲਬ ਇਹ ਬਣ ਜਾਂਦਾ ਹੈ ਵੀ ਦਿੱਲੀ ਨੂੰ ਵੀ ਸਾਨੂੰ ਕੈਪਟਨ ਸਾਹਿਬ ਨੇ ਭੇਜਿਆ। ਆਹ ਜਿਹੜੇ 112 ਜਗ੍ਹਾ ਅਸੀਂ ਪੰਜਾਬ ਦੇ ਵਿੱਚ ਧਰਨੇ ਰਹਿੰਦੇ, ਇਹ ਵੀ ਸਾਡੇ ਕੈਪਟਨ ਸਾਹਿਬ ਨੇ ਲਵਾਏ ਨੇ, ਫਿਰ ਤਾਂ ਉਹਦੀ ਪਹਿਲੀ ਗੱਲ ਦਾ ਜਵਾਬ ਆ ਗਿਆ। ਹੁਣ ਕਾਹਦੇ ਵਾਸਤੇ ਚੁਕਾਉਣ ਨੂੰ ਕਹਿੰਦਾ ਵੀ ਇਹ 12-1 ਧਰਨੇ ਵੀ ਤੇਰੇ ਲਵਾਏ ਹੋਏ ਨੇ, ਦਿੱਲੀ ਵਾਲਾ ਮੋਰਚਾ ਵੀ ਤੁਹਾਡੇ ਲਵਾਇਆ ਹੋਇਆ ਕਾਂਗਰਸ ਵਾਲਿਆਂ ਦਾ, ਫਿਰ ਤਾਂ ਇਹਦਾ ਮਤਲਬ ਤੁਸੀਂ ਇਹਦੀ ਅਗਵਾਈ ਕਰ ਰਹੇ ਸੀ, ਤੁਹਾਡਾ ਸਮਝੌਤਾ ਹੋਗਾ ਬੀਜੇਪੀ ਨਾਲ, ਹੁਣ ਤਾਂ ਕਿਹਨੂੰ ਵੀ ਚੱਕ ਲਓ?
ਹਰਿਆਣੇ ਦੇ ਹੋਮ ਮਿਨਿਸਟਰ ਨੇ ਕਿਹਾ ਕਿ ਅਮਰਿੰਦਰ ਸਿੰਘ ਕਿਸਾਨਾਂ ਨੂੰ ਉਕਸਾਉਂਦੇ ਹੈ ਇਹ ਵਾਰ ਵਾਰ ਕਹਿ ਕੇ। ਤੁਸੀਂ ਕਹਿ ਰਹੇ ਹੋ ਕਿ ਅਮਰਿੰਦਰ ਸਿੰਘ ਬੀਜੇਪੀ ਨਾਲ ਮਿਲੇ ਹੋਏ? ਗੱਲਾਂ 'ਚੋਂ ਲੱਗਦਾ ਨਾ, ਜਦੋਂ ਹੁਣ ਆ ਸਵਾਲ ਆ ਗਿਆ ਕਹਿੰਦੇ ਵੀ ਸਾਨੂੰ ਤੁਸੀਂ ਪੰਜਾਬ 'ਚੋਂ ਧਰਨੇ ਚੱਕੋ ਬੀਜੇਪੀ ਨਾਲ ਤਾਂ ਕਹਿਣੇ ਆਏ ਤਾਂ ਇਹੀ ਗੱਲ ਤਾਂ ਬੀਜੇਪੀ ਕਹਿੰਦੀ ਹੈ, ਫਿਰ ਉਹਦੀ ਗੱਲ ਬੀਜੇਪੀ ਦੇ ਨਾਲ ਜਾਂ ਗੱਲ ਰਲੂਗੀ ਸਾਨੂੰ ਕਹਿਣਾ ਹੀ ਪੈਣਾ ਮਿਲ ਗਏ। ਉੱਧਰੋਂ ਹੁਣ ਖੱਟਰ ਇਹ ਕਹਿ ਰਹੇ ਵੀ ਇਹ ਧਰਨੇ ਵੀ ਅਮਰਿੰਦਰ ਦੇ ਲਵਾਏ ਹੋਏ ਨੇ, ਇਹ ਉਹਨਾਂ ਦੀ ਸਿਆਸੀ ਸਰੀਕੇਬਾਜ਼ੀ ਹੈ, ਉਹ 'ਚੋਂ ਗੱਲਾਂ ਨਿਕਲਦੀਆਂ ਨੇ। ਅਮਰਿੰਦਰ ਕਹਿੰਦਾ ਇਹ ਅਮਰਿੰਦਰ 'ਤੇ ਦੋਸ਼ ਲਾ ਸਕਦੇ ਨੇ ਕਿਉਂਕਿ ਇੱਥੇ ਜੇ ਬੀਜੇਪੀ ਦੀ ਸਰਕਾਰ ਹੁੰਦੀ ਬੀਜੇਪੀ ਉਹਦਾ ਕੁਛ ਹੋਰ ਰਵੱਈਆ ਹੁੰਦਾ, ਜੇ ਹੁਣ ਕੇਂਦਰ ਦੀ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਫਿਰ ਇਹਦਾ ਕੈਪਟਨ ਦਾ ਰਵੱਈਆ ਕੁਛ ਹੋਰ ਹੁੰਦਾ, ਉਹਨਾਂ ਦੀ ਵਿਰੋਧੀ ਹੈ। ਇਹ ਤਾਂ ਇਹਨਾਂ ਦੀ ਸਿਆਸੀ ਸਰੀਕੇਬਾਜ਼ੀ 'ਚ ਇੱਕ ਦੂਜੇ 'ਤੇ ਦੂਸ਼ਣਬਾਜ਼ੀ ਲਾਉਂਦੇ ਨੇ। ਤੁਸੀਂ ਸਾਰੀ ਜਥੇਬੰਦੀਆਂ ਹਰ ਪੋਲੀਟੀਕਲ ਪਾਰਟੀ ਦੇ ਖਿਲਾਫ ਬੋਲਦੇ ਹੋ, ਲੇਕਿਨ ਜਦੋਂ ਮੌਨਸੂਨ ਸੈਸ਼ਨ ਸ਼ੁਰੂ ਹੁੰਦਾ ਹੈ ਜਾਂ ਕੋਈ ਹੋਰ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੁੰਦਾ ਹੈ ਜਾਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੁੰਦਾ ਹੈ, ਫਿਰ ਇਹਨਾਂ ਹੀ ਲੀਡਰਾਂ ਨੂੰ ਤੁਸੀਂ ਕਾਲ ਕਰਦੇ ਹੋ ਵੀ ਆਹ ਚੀਜ਼ ਕਰੋ। ਜੇ ਤੁਸੀਂ ਇਹਨਾਂ ਦੇ ਇੰਨੇ ਵਿਰੋਧ 'ਚ ਹੋ ਫਿਰ ਇਹਨਾਂ ਨੂੰ ਇਹ ਕਾਲ ਕਿਉਂ ਦਿੰਦੇ ਹੋ ਕਿ ਵਿਪ ਜਾਰੀ ਹੋ ਗਿਆ ਵਿਰੋਧ ਕਰੋ ਪਾਰਲੀਮੈਂਟ ਨਾਲ ਚੱਲਣ ਦਿਓ, ਫਿਰ ਉਹ ਵੀ ਨਾ ਦਿਓ ਜਦ ਤੁਹਾਨੂੰ ਇਤਬਾਰ ਹੀ ਨਹੀਂ? ਸੰਵਿਧਾਨ ਦੇ ਘੇਰੇ 'ਚ ਰਹਿ ਕੇ ਡੀਸੀ ਨੂੰ ਡੀਸੀ ਮੰਨਣਾ ਪਊਗਾ, SSP ਨੂੰ SSP ਮੰਨਣਾ ਪਊ, ਸਰ ਵੀ ਕਹਿੰਦੇ ਆ, ਭ੍ਰਿਸ਼ਟ ਵੀ ਕਹਿੰਦੇ ਉਹਨਾਂ ਨੂੰ, ਬਿਊਰੋਕ੍ਰੇਸੀ ਦੇ ਵਿੱਚ ਗਿਰਾਵਟ ਆਈ ਹੋਈ ਹੈ, ਰਿਸ਼ਵਤਖੋਰੀ ਹੈ, ਇਹ ਸਰਕਾਰ ਹੈ, ਅਸੀਂ ਕਹਿੰਦੇ ਵੀ ਸਰਕਾਰ ਦੇ ਵਿੱਚ ਬਹੁਤ ਕ੍ਰਿਮੀਨਲ ਲੋਕ ਨੇ, ਅਸੀਂ ਪਾਰਲੀਮੈਂਟ ਨੂੰ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਮੰਨਣਾ ਪਊ, ਗ੍ਰਹਿ ਮੰਤਰੀ ਨੂੰ ਗ੍ਰਹਿ ਮੰਤਰੀ ਵੀ ਮੰਨਣਾ ਪਊ, ਦੇਸ਼ ਦੀ ਬਾਗਡੋਰ ਉਹਨਾਂ ਕੋਲ ਆ, ਸਾਡੇ ਬਹੁਤ ਸਾਰੇ ਹਿੱਸੇ ਨੇ ਲੋਕਾਂ ਨੇ ਵੋਟਾਂ ਪਾ ਕੇ ਜਮਹੂਰੀ ਤਰੀਕੇ ਨਾਲ ਉਹਨਾਂ ਨੂੰ ਬਣਾਇਆ। ਫਿਰ ਸਵਾਲ ਪੁੱਛਣ ਦਾ ਜਾਂ ਉਹਨਾਂ ਨੂੰ ਕੁਛ ਕਹਿਣ ਦਾ ਜਾਂ ਉਹਨਾਂ ਦੀ ਗੱਲਾਂ 'ਤੇ ਟਿੱਪਣੀ ਕਰਨ ਦਾ ਤਾਂ ਸਾਨੂੰ ਅਧਿਕਾਰ ਹੈਗਾ ਹੀ ਹੈ, ਜੇ ਇਸ ਘੇਰੇ 'ਚ ਰਹਿ ਕੇ ਅਸੀਂ ਉਹਨਾਂ ਨੂੰ, ਇਹ ਤਾਂ ਨਹੀਂ ਹੈ ਵੀ ਲੋਕਾਂ ਦੇ ਚੁਣੇ ਹੋਏ ਲੋਕਾਂ ਨੂੰ ਨੁਮਾਇੰਦਿਆਂ ਨੂੰ ਅਸੀਂ ਐਂ ਕਹਿ ਦਾਂਗੇ ਵੀ ਭਾਈ ਤੁਸੀਂ ਸਾਡੇ ਕੁਛ ਨਹੀਂ ਲੱਗਦੇ, ਐਂ ਤਾਂ ਨਹੀਂ ਕਹਿੰਦੇ, ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਜੀ ਕਹਿ ਕੇ ਸੰਬੋਧਨ ਹੁੰਦੇ ਆ। ਨਹੀਂ, ਲੇਕਿਨ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਅਗਰ ਮੈਂ ਗੱਲ ਕਰਾਂ ਤਾਂ ਕੱਪੜੇ ਵੀ ਫਟੇ ਹੈ ਤੁਹਾਡੇ ਪੰਜਾਬ 'ਚ। ਦੇਖੋ ਇੱਕ ਸੰਸਥਾ ਦੇ ਵਿੱਚ ਜੇ ਕੋਈ ਬੰਦਾ ਕੋਈ ਕਿਸੇ ਟਾਈਮ 'ਤੇ ਵਿਰੋਧ ਹੁੰਦਾ, ਚਲੋ ਮੈਂ ਇਹਦੇ 'ਤੇ ਜ਼ਿਆਦਾ ਨਹੀਂ ਜਾਣਾ ਚਾਹੁੰਦਾ ਵੀ ਕੱਪੜੇ ਫਟੇ ਕਿਵੇਂ ਫਟੇ ਕੱਪੜੇ ਕਿਹਨੇ ਪੜੇ, ਇਹ ਗੱਲ 'ਚ ਜਾਣਾ ਨਹੀਂ ਚਾਹੁੰਦਾ ਮੈਂ, ਪਰ ਇਹ ਹੈ ਵੀ ਇੱਕ ਲੋਕਾਂ ਦੇ ਵਿੱਚ ਇਹ ਰੋਸ ਉੱਠਿਆ ਕਿ ਸਿਆਸੀ ਲੋਕਾਂ ਦਾ ਕੱਦ ਇਹਨਾਂ ਨਿਯਮਾਂ ਕਿਹੜੀ ਗੱਲ ਨੇ ਕਰਦਾ, ਸਿਆਸੀ ਲੋਕਾਂ ਦੀ ਸ਼ਾਖ ਇੰਨੀ ਥੱਲੇ ਕਿਹਨੇ ਲਿਆਂਦੀ, ਕਿਹੜੀਆਂ ਪੋਲਸੀਆਂ ਨੇ ਜਿਹੜੀਆਂ ਲੋਕਾਂ ਦੇ ਫਿੱਟ ਨਹੀਂ ਆ ਰਹੀਆਂ, ਕਿਹੜੀਆਂ ਨੀਤੀਆਂ ਨੇ ਜਿਨ੍ਹਾਂ ਦੇ ਨਾਲ ਇਹਨਾਂ ਪੋਲੀਟੀਕਲ ਗਿਰਾਵਟ ਆ ਗਈ, ਇਹ ਤਾਂ ਹੁਣ ਇਹਨਾਂ ਨੇ ਦੇਖਣਾ, ਉਹ ਵਿਰੋਧ 'ਚੋਂ ਸਾਰਾ ਕੁਛ ਹੋ ਰਿਹਾ। ਉਗਰਾਹ ਸਾਹਿਬ, ਮੈਂ ਇਹ ਸਵਾਲ ਤੁਹਾਡੇ ਤੋਂ ਤਾਂ ਪੁੱਛ ਰਿਹਾ ਖਾਸ ਕਰ ਪੋਲੀਟੀਕਲ ਜਿਹੜੇ ਸਵਾਲ ਖੜੇ ਹੋ ਰਹੇ ਹੈ, ਕਿਉਂਕਿ ਤੁਸੀਂ ਵੀ ਜਾਣਦੇ ਹੋ ਕਿ ਜਿਹੜੇ ਵੀ ਪਿੰਡਾਂ 'ਚ ਕਿਸਾਨ ਜਥੇਬੰਦੀਆਂ ਨਾਲ ਜੁੜੇ ਹੋਏ ਲੋਕ ਹੈ ਉਹ ਲੋਕ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਨਾਲ ਵੀ ਜੁੜੇ ਹੁੰਦੇ ਹੈ, ਸਾਰੇ ਨਾ ਸਹੀ ਥੋੜ੍ਹੇ ਬਹੁਤ ਜੁੜੇ ਹੁੰਦੇ ਹੈ, ਉਹਨਾਂ ਲੋਕਾਂ ਨੂੰ ਹੁਣ ਦੁਚਿੱਤੀ 'ਚ ਫਸਾਤਾ ਹੈ ਕਿ ਕਿਸਾਨ ਅੰਦੋਲਨ ਵੱਲ ਜਾਈਏ ਜਾਂ ਇੱਧਰ ਚੋਣ ਆਉਣ ਵਾਲੀ ਹੈ ਇੱਧਰ ਜਾਈਏ, ਉਹ ਲੋਕ ਵੀ ਪਰੇਸ਼ਾਨ ਹੈਗੇ ਕਿ ਕਰੀਏ ਕੀ, ਕਿੱਧਰਲੇ ਪਾਸੇ ਕੀ ਕਰੀਏ? ਸਾਨੂੰ ਤਾਂ ਕਿਤੇ ਨਹੀਂ ਦੇਖੀ ਪਰੇਸ਼ਾਨੀ ਵੀ ਲੋਕਾਂ 'ਚ ਕੋਈ ਪਰੇਸ਼ਾਨੀ ਹੈ, ਕਾਨੂੰਨਾਂ ਵਾਲੀ ਗੱਲ 'ਤੇ ਉਹ ਇੱਕ ਮਤ ਨੇ, ਵੋਟ ਪਾਉਣ ਤੋਂ ਕਿਸੇ ਨੂੰ ਰੋਕਿਆ ਨਹੀਂ ਹੋਇਆ, ਵੋਟ ਉਹ ਜਿਹਨੂੰ ਮਰਜ਼ੀ ਪਾ ਸਕਦੇ ਨੇ, ਵੋਟਾਂ ਪੈਂਦੀਆਂ ਨੇ ਹਰ ਸਾਲ ਹੀ ਪੈਂਦੀਆਂ ਨੇ, 5 ਸਾਲਾਂ ਬਾਅਦ ਪੈਂਦੀਆਂ ਨੇ, ਸਰਪੰਚੀ ਦੀਆਂ ਪੈਂਦੀਆਂ ਨੇ, ਪੰਚੀ ਦੀਆਂ ਪੈਂਦੀਆਂ ਨੇ, ਹੁਣ ਵੀ ਪੈਣਗੀਆਂ, ਗਾਂਹ ਵੀ ਪਈਆਂ ਨੇ। ਰੈਲੀਆਂ 'ਚ ਵੀ ਤਾਂ ਉਹੀ ਲੋਕ ਜਾਂਦੇ ਆ ਨਾ, ਉਹ ਪੋਲੀਟੀਸ਼ੀਅਨ ਘਰੋਂ ਤਾਂ ਲੈ ਕੇ ਨਹੀਂ ਆਉਂਦੇ ਆਪਣੇ? ਦੇਖੋ ਰੈਲੀਆਂ ਦੇ ਵਿੱਚ ਅੰਦੋਲਨ ਚੱਲਦੇ ਦੌਰਾਨ ਜਿਹਨੇ ਰੈਲੀ 'ਚ ਜਾਣਾ ਤਾਂ ਲੋਕਾਂ ਨੇ ਦੇਖਣਾ ਵੀ ਅਸੀਂ ਅੰਦੋਲਨ ਚੱਲ ਰਿਹਾ, ਹੁਣ ਅਸੀਂ ਰੈਲੀ 'ਚ ਜਾਣਾ ਕਿ ਅਸੀਂ ਅੰਦੋਲਨ 'ਚ ਜਾਣਾ, ਇਹ ਤਾਂ ਲੋਕਾਂ ਨੇ ਫੈਸਲਾ ਕਰਨਾ, ਇਹ ਉਹਨਾਂ ਨੂੰ ਛੱਡ ਦੇਣਾ ਚਾਹੀਦਾ, ਛੱਡੇ ਹੀ ਹੋਇਆ ਇਹਨਾਂ 'ਤੇ, ਅਸੀਂ ਇਹਨਾਂ ਨੂੰ ਜ਼ਬਰਦਸਤੀ ਥੋੜ੍ਹਾ ਲੈ ਕੇ ਜਾਵਾਂਗੇ ਵੀ ਤੁਸੀਂ ਬਈ ਆ ਰੈਲੀ ਵਾਲੇ ਨਾਲ ਜਾਓ, ਅਸੀਂ ਕੰਧ ਕੱਢ ਕੇ ਖੜ ਜੇ, ਅਸੀਂ ਪਿੰਡ ਦੇ ਬਾਹਰਲੇ ਪਾਸੇ ਖੜਦੇ, ਰੈਲੀ 'ਚ ਜਾਣ ਦੇ ਦਿੱਲੀ ਨੂੰ ਜਾਓ, ਇਹ ਤਾਂ ਇਸ ਤਰ੍ਹਾਂ ਥੋੜ੍ਹੇ ਹੁੰਦਾ, ਜਿਹੜੇ ਤਾਂ ਹੁਣ ਦਿੱਲੀ ਗਏ ਹੋਏ ਨੇ ਸਾਡੇ, ਅਸੀਂ ਜਬਰੀ ਲੈ ਕੇ ਗਏ ਉਹਨਾਂ ਨੂੰ, ਜੇ ਅਸੀਂ ਉਹਨਾਂ ਨੂੰ ਗੱਲ ਫਿੱਟ ਲੱਗੀ ਹੈ, ਸਾਡੀ ਗੱਲ ਜਚਾਈ ਹੈ, ਸਾਡੀ ਗੱਲ ਉਹਨਾਂ ਨੂੰ ਦਰੁਸਤ ਲੱਗੀ ਹੈ, ਸਾਡੇ ਉਹ ਗਏ ਨੇ, ਜੇ ਹੁਣ ਰੈਲੀਆਂ ਦੇ ਵਿੱਚ ਪੋਲੀਟੀਕਲ ਲੋਕ ਲੈ ਕੇ ਜਾਣਗੇ, ਉਹ ਕੋਈ ਲਾਲਚ ਦਿੰਦੇ ਨੇ, ਕੋਈ ਕੀ ਕਹਿੰਦੇ ਨੇ ਜਾਂ ਉਹਨਾਂ ਦੀਆਂ ਗੱਲਾਂ ਉਹਨਾਂ ਨੂੰ ਫਿੱਟ ਲੱਗਦੇ ਨੇ, ਜੇ ਉਹਨਾਂ ਨੂੰ ਜਾਣਗੇ ਅਸੀਂ ਰੋਕਾਂਗੇ ਕਿਵੇਂ? ਤੁਹਾਨੂੰ ਲੱਗਦਾ ਹੈ ਕਿ ਜੇ ਰੈਲੀਆਂ ਹੋਣ ਲੱਗ ਜਾਣਗੀਆਂ ਤਾਂ ਅੰਦੋਲਨ 'ਤੇ ਇਹਦਾ ਅਸਰ ਪਏਗਾ, ਅੰਦੋਲਨ ਕਮਜ਼ੋਰ ਹੋਏਗਾ? ਦੇਖੋ ਮੈਨੂੰ ਨਹੀਂ ਲੱਗਦਾ, ਅਸੀਂ ਆਪਦੇ ਲੋਕਾਂ ਨੂੰ ਸਮਝਾਵਾਂਗੇ ਗੱਲ, ਅਸੀਂ ਆਪਦੇ ਲੋਕਾਂ ਨੂੰ ਸਮਝਾਵਾਂਗੇ ਫੈਸਲਾ ਤੁਸੀਂ ਕਰਨਾ ਭਾਈ ਤੁਹਾਡੇ ਵਾਸਤੇ ਜ਼ਰੂਰੀ ਕੀ ਹੈ, ਅਸੀਂ ਸਾਰੀਆਂ ਗੱਲਾਂ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ, ਸੱਤਾਂ ਦੇ ਵਿੱਚ ਲੈ ਕੇ ਜਾਵਾਂਗੇ, ਆਹ ਜ਼ਰੂਰੀ ਹੈ, ਆਹ ਜ਼ਰੂਰੀ ਹੈ, ਫੈਸਲਾ ਤੁਸੀਂ ਕਰ ਲਓ, ਜਿਹੜਾ ਫੈਸਲਾ ਲੋਕਾਂ ਨੂੰ ਮਨਜ਼ੂਰ ਕਰ ਲੈਣਗੇ, ਸਾਡਾ ਅਧਿਕਾਰ ਹੈ ਗੱਲ ਕਹਿਣ ਦਾ, ਉਹਨਾਂ ਦਾ ਵੀ ਅਧਿਕਾਰ ਹੈ ਗੱਲ ਕਹਿਣ ਦਾ, ਜੇ ਉਹਨਾਂ ਦੀ ਗੱਲ ਲੋਕਾਂ ਨੂੰ ਫਿੱਟ ਲੱਗ ਜਾਊ ਉੱਧਰ ਵਗ ਜਾਣਗੇ, ਸਾਡੀ ਗੱਲ ਫਿੱਟ ਲੱਗ ਜਾਊ ਮੋਰਚਾ ਜਾ ਜਾਣਗੇ, ਬਾਕੀ ਫੈਸਲਾ ਲੋਕ ਕਰ ਲੈਂਦੇ ਨੇ, ਲੋਕਾਂ ਦੇ ਕੋਲ ਬੜੇ ਅਖਤਿਆਰ ਨੇ, ਲੋਕਾਂ ਦੇ ਬੜੇ ਦਿਮਾਗ ਨੇ, ਸੋਚਦੇ ਨੇ ਜਾਣ। ਤੁਹਾਡੀ 1 ਲੱਖ ਤੋਂ ਜ਼ਿਆਦਾ ਲੋਕ ਪੰਜਾਬ ਦੇ ਖਾਸ ਕਰ ਮਾਲਵਾ ਦੇ ਤੁਹਾਡੀ ਜਥੇਬੰਦੀ ਨਾਲ ਜੁੜੇ ਹੋਏ ਨੇ, ਕਦੋਂ ਤੋਂ ਇਹ ਅਭਿਆਨ ਸ਼ੁਰੂ ਕਰ ਰਹੇ ਹੋ ਤੁਸੀਂ ਕਿ ਟਕਰਾਓ ਦੀ ਸਥਿਤੀ ਨਾ ਬਣੇ ਕੋਈ ਵੀ ਚੋਣਾਂ ਦੇ ਦੌਰਾਨ? ਸਵਾਲ ਹੀ ਨਹੀਂ
ਉਹ ਕਿੰਨਾ ਵੀ ਬਣ ਜਾਏ ਉਹ ਦੇਖਾਂਗੇ, ਪਰ ਦੂਜੀ ਤਾਂ ਟਕਰਾਓ ਦੀ ਸਥਿਤੀ ਬਣਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਇਹੋ ਜਿਹੀ ਹਾਲਤ ਹੀ ਨਹੀਂ ਪੈਦਾ ਹੁੰਦੀ। ਮੈਨੂੰ ਲੱਗਦਾ ਵੀ ਸਾਡੇ 'ਚੋਂ ਤਾਂ ਕਿਸੇ ਜਥੇਬੰਦੀ ਦੀ ਕੋਈ ਪੁਜੀਸ਼ਨ ਹੀ ਨਹੀਂ ਹੈ ਵੀ ਟਕਰਾਅ ਬਣੇ, ਨਾ ਕਿਸੇ ਜਥੇਬੰਦੀ ਨੇ ਕਦੇ ਕਿਹਾ ਵੀ ਅਸੀਂ ਟਕਰਾਅ ਲੈਣਾ। ਅਸੀਂ ਲੋਕਾਂ ਨੂੰ ਥੋੜ੍ਹਾ ਆਪ 'ਚ ਪੜਾਉਣਾ, ਅਸੀਂ ਪ੍ਰੇਰਿਤ ਕਰਾਂਗੇ, ਆਪਦੀ ਗੱਲ ਦੱਸਾਂਗੇ, ਆਪਦੀਆਂ ਰੈਲੀਆਂ ਕਰਾਂਗੇ ਪਿੰਡਾਂ ਦੇ ਵਿੱਚ। ਮੋਰਚੇ ਵਾਸਤੇ ਇਹਦੀ ਇੰਪੋਰਟੈਂਸ ਹੈ। ਆਹ ਜਿੱਥੇ ਤੁਸੀਂ ਜਾ ਰਹੇ ਹੋ ਜਿਹੜੀਆਂ ਰੈਲੀਆਂ 'ਚ, ਇਹਨਾਂ ਨੇ ਪਹਿਲਾਂ ਆਪਣੇ ਨਾਲ ਵਾਅਦੇ ਕੀਤੇ ਨੇ, ਇਹ ਵਾਅਦੇ ਕਰਕੇ ਆਹ ਗੱਲਾਂ ਕੀਤੀਆਂ ਹੋਈਆਂ ਨੇ, ਇਹ ਮੁੱਕਰੇ ਨੇ, ਅਸੀਂ ਪਿਛਲੀਆਂ ਗੱਲਾਂ ਦੱਸਾਂਗੇ ਸਾਰਿਆਂ ਦੀਆਂ। ਤੁਸੀਂ ਜਿਹੜੇ ਸਵਾਲ ਜਵਾਬ ਕਰੋਗੇ ਜੋ ਲੀਡਰਾਂ ਦੇ ਜਵਾਬ ਆਉਣਗੇ, ਉਸ ਤੋਂ ਬਾਅਦ ਅਗਲਾ ਕੀ ਕੰਮ ਹੋਏਗਾ ਤੁਹਾਡੇ? ਸਵਾਲ ਜਵਾਬ ਸਾਡੇ ਆਉਣਗੇ, ਅਸੀਂ ਸੱਥਾਂ 'ਚ ਲਿਖ ਕੇ ਵੀ ਲਾ ਸਕਦੇ ਹਾਂ, ਉਹਨਾਂ ਨੂੰ ਵੀ ਫੜਾ ਸਕਦੇ ਹਾਂ। ਉਹ ਜਵਾਬ ਦਿੰਦੇ ਨੇ ਕਿ ਨਹੀਂ ਦਿੰਦੇ, ਸਾਡੇ ਕੋਈ ਉਹ ਬੰਨੇ ਨਹੀਂ ਵੀ ਉਹ ਸਾਨੂੰ ਜਵਾਬ ਦੇਣ ਆਉਣਗੇ, ਉਹ ਜਵਾਬ ਨਹੀਂ ਦਿੰਦੇ। ਅਸੀਂ ਲੋਕਾਂ 'ਚ ਗੱਲ ਲੱਗ ਰਹੇ, ਆਹ ਸਾਡੀਆਂ ਗੱਲਾਂ ਨੇ ਭਾਈ, ਅਸੀਂ ਲੋਕਾਂ ਕੋਲ ਲੈ ਕੇ ਗਏ, ਅਸੀਂ ਉਹਨਾਂ ਕੋਲ ਰੱਖੀਆਂ ਨੇ, ਉਹਨਾਂ ਦਾ ਸਾਡਾ ਕੋਈ ਜਵਾਬ ਨਹੀਂ ਆਇਆ, ਇਹ ਗੱਲ ਦੱਸਾਂਗੇ। ਜਿਹੜੇ ਸਾਡੀਆਂ ਗੱਲਾਂ ਦਾ ਹੁਣ ਨਹੀਂ ਜਵਾਬ ਦੇ ਸਕੇ, ਉਹ ਸਾਨੂੰ ਗਾਹਾਂ ਕੀਸ ਨੂੰ ਪੂਰੀ ਪਾ ਦੇਣਗੇ। ਤੁਸੀਂ ਦੇਖੋ, ਇਹਨਾਂ ਤੋਂ ਝਾਕ ਨਾ ਰੱਖੋ, ਜੇ ਇਹਨਾਂ ਨੂੰ ਦਰੁਸਤ ਰਾਹ ਪਾਉਣਾ, ਜੇ ਇਹਨਾਂ ਨੂੰ ਸਹੀ ਰਾਹ ਪਾਉਣਾ, ਤਾਂ ਇਸ ਤਾਕਤ ਨੂੰ ਇਹਨਾਂ ਨੂੰ ਦੱਸਣਾ ਪਊਗਾ ਵੀ ਅਸੀਂ ਇਹ ਨਹੀਂ ਵੀ ਤੁਸੀਂ ਅੱਜ ਗੁੰਮਰਾਹ ਕਰਕੇ ਵੋਟਾਂ ਲੈ ਕੇ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ, ਪੁੱਛਣ ਵਾਲੇ ਹੈਗੇ ਨੇ। ਜੇ ਲੈ ਲੋਕ ਆਏ ਪੁੱਛਣ ਲੈ, ਜਿਹੜੀ ਹਾਲਤ ਹੁਣ ਬਣ ਗਈ ਇਹ ਪਹਿਲਾਂ ਕਦੇ ਬਣੀ ਨਹੀਂ, ਜਿਹੜੀ ਹੁਣ ਹਾਲਤ ਬਣ ਗਈ ਇਹਦੇ ਨਾਲ ਲੋਕਾਂ ਦੇ ਵਿੱਚ ਸਿਆਸੀ ਤੌਰ 'ਤੇ ਦਬਾਅ ਪਊਗਾ, ਝੂਠੇ ਵਾਅਦੇ ਵੂਦੇ ਕਰਨ ਦਾ ਜਿਹੜੇ ਲੱਗੇ ਨੇ, ਜਾਂ ਸ਼ਰਾਬਾਂ ਵੰਡਦੇ, ਨਸ਼ਿਆਂ ਨਾਲ ਵੋਟਾਂ ਲੈਂਦੇ ਨੇ, ਪੈਸਿਆਂ ਨਾਲ ਵੋਟਾਂ ਲੈਂਦੇ, ਇਹ ਗੱਲਾਂ ਦਾ ਦਬਾਅ ਬਣੂਗਾ ਜਨਤਾ ਜਿੰਨੀ ਅਵੇਅਰ ਹੋਗੀ। ਇਹ ਤੁਹਾਡੀ ਮੋਡਰੇਟ ਸੋਚ ਹੈ, ਬੜੀ ਵਧੀਆ ਗੱਲ ਹੈ, ਲੇਕਿਨ ਸਾਰੇ ਕਿਸਾਨ ਸੰਗਠਨ ਇੱਕ ਮੋਡਰੇਟ ਸੋਚ ਕਿਉਂ ਨਹੀਂ ਲੈ ਪਾਉਂਦੇ? ਸਾਡਾ ਸਵਾਲ ਸਿਰਫ ਇੰਨਾ ਹੈ ਕਿ ਪੰਜਾਬ 'ਚੋਂ ਅੰਦੋਲਨ ਉੱਠਿਆ ਹੈ ਔਰ ਪੰਜਾਬ ਦੀ ਜ਼ਮੀਨ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ। ਭਾਅ ਜੀ ਜਿੰਨੇ ਅਸੀਂ ਹੁਣ ਇਕੱਠੇ ਹਾਂ, ਅਸੀਂ ਪਹਿਲਾਂ ਤਾਂ ਇੱਕ ਦੂਜੇ ਨੂੰ ਚਿਮਟੀ ਨਾਲ ਨਹੀਂ ਸੀ ਛੂੰਹਦੇ, ਅਸੀਂ ਥੋੜ੍ਹਾ ਨੇੜੇ ਆਏ ਹੋ ਅੰਦੋਲਨ, ਬਹੁਤ ਨੇੜੇ ਆਏ ਹਾਂ ਇੱਕ ਦੂਜੇ ਨੂੰ ਸਮਝਣ ਦੀ। ਜਦੋਂ ਮੈਂ ਤੁਹਾਨੂੰ ਦੱਸਾਂ, ਮੇਰਾ ਇੱਕ ਸਨਮਾਨਯੋਗ ਆਗੂ ਹੈ ਸਾਡਾ, ਮੇਰੇ ਤੋਂ ਵੱਡੀ ਉਮਰ ਦਾ, ਪਹਿਲਾਂ ਵੀ ਅਸੀਂ ਇਕੱਠੇ ਰਹੇ ਹਾਂ, ਰਾਜੇਵਾਲ ਸਾਹਿਬ, ਰਾਜੇਵਾਲ ਸਾਹਿਬ ਅਤੇ ਮੈਂ ਕਦੇ ਅੱਜ ਤੱਕ ਸਾਡਾ ਕਦੇ ਇਕੱਠਿਆਂ ਨੇ ਅਸੀਂ ਅੰਦੋਲਨ ਨਹੀਂ ਲੜਿਆ ਅੱਜ ਤੱਕ। ਪਹਿਲੀ ਵਾਰ ਉਹ ਸਾਨੂੰ ਚਿਮਟੇ ਨਾਲ ਨਹੀਂ ਸੀ ਛੂੰਹਦਾ, ਅਸੀਂ ਉਹਨੂੰ ਚਿਮਟੇ ਨਾਲ ਨਹੀਂ ਸੀ ਛੂੰਹਦੇ। ਪਹਿਲੀ ਵਾਰ ਅਸੀਂ ਇਕੱਠੇ ਹੋਏ ਹਾਂ, ਪਹਿਲੀ ਵਾਰ ਅਸੀਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਨ੍ਹਾਂ ਨਾਲ ਸਾਡਾ ਪਹਿਲੀ ਵਾਰ ਰਾਬਤਾ ਹੋਇਆ, ਇਹਦੇ ਨਾਲ ਕੁਝ ਵਿਚਾਰ ਸਾਂਝੇ ਕਰਨ ਦਾ, ਕੁਛ ਉਹਨਾਂ ਨੇ ਸਾਡਾ ਦੇਖਿਆ, ਕੁਛ ਅਸੀਂ ਉਹਨਾਂ ਦਾ ਦੇਖਿਆ, ਜਿਹੜਾ ਉਹਨਾਂ 'ਚ ਚੰਗਾ ਉਹ ਅਸੀਂ ਅਡੋਪਟ ਕੀਤਾ, ਜਿਹੜਾ ਸਾਡੇ ਚੰਗਾ ਉਹ ਅਡੋਪਟ ਕਰਨਗੇ। ਇਹਦੇ ਨਾਲ ਇੱਕ ਸਾਡੀ ਸਾਂਝ ਵਧੂਗੀ। ਹਿੰਦੁਸਤਾਨ ਪੱਧਰ 'ਤੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਸੀ, ਜਿਨ੍ਹਾਂ ਬਾਰੇ ਸਾਨੂੰ ਪਤਾ ਨਹੀਂ ਸੀ, ਜਿਨ੍ਹਾਂ ਬਾਰੇ ਸੁਣੀ ਸੀ, ਉਹਨਾਂ ਨਾਲ ਸਾਡੀ ਸਾਂਝ ਵਧੂਗੀ। ਇਹਦੀ ਇੱਕ ਇਹ ਪੋਜ਼ਿਟਿਵ ਗੱਲ ਕੀ ਹੈ ਵੀ ਇੱਥੇ ਹਿੰਦੁਸਤਾਨ ਪੱਧਰ 'ਤੇ ਇੱਕ ਕਿਰਤੀਆਂ ਦੀ ਔਰਗੇਨਾਈਜੇ, ਕਿਸਾਨਾਂ ਦੀ ਇੱਕ ਔਰਗੇਨਾਈਜੇਸ਼ਨ ਦਾ ਵੱਡਾ ਫਰੰਟ ਬਣਨ ਦੀ ਸੰਭਾਵਨਾ ਹੈਗੀ ਹੈ ਆਉਣ ਵਾਲੇ ਸਮੇਂ ਦੇ ਵਿੱਚ। ਉਹ ਪੋਲੀਟੀਕਲ ਹੋਏਗਾ, ਨੋਨ ਪੋਲੀਟੀਕਲ? ਦੇਖੋ, ਹੋਊ ਤਾਂ ਨੋਨ ਪੋਲੀਟੀਕਲ ਤਾਂ ਕੁਛ ਹੁੰਦਾ ਹੀ ਨਹੀਂ, ਹਰ ਇੱਕ ਜਿਹੜਾ ਮਸਲਾ ਜਿਹੜੀ ਲੜਾਈ ਹੈ ਪੋਲੀਟੀਕਲ ਤਾਂ ਹੁੰਦੀ ਹੈ। ਆਹ ਕੀਤੀ ਤੁਸੀਂ ਕੰਮ ਦੀ ਗੱਲ, ਹਾਂ ਕਦੋਂ ਤੱਕ ਸੰਭਾਵਨਾ ਉਹਦੀ? ਦੇਖੋ, ਨੋਨ ਪੋਲੀਟੀਕਲ ਨਹੀਂ ਹੁੰਦੀ, ਇੱਕ ਤਾਂ ਪੋਲੀਟੀਕਲ ਇਹ ਨਹੀਂ ਕਿ ਚੋਣਾਂ ਲੜਨਾ ਹੀ ਪੋਲੀਟੀਕਲ ਹੈ, ਹਰ ਗੱਲ ਜਿਹੜੀ ਆਪਾਂ ਕਰ ਰਹੇ ਹਾਂ, ਜਿੰਨੀਆਂ ਆਪਾਂ ਗੱਲਾਂ ਕੀਤੀਆਂ ਨੇ ਹੁਣ ਤੱਕ, ਇਹ ਸਾਰੀਆਂ ਪੋਲੀਟੀਕਲ ਨੇ। ਜੇ ਸਾਨੂੰ ਪੋਲੀਟੀਕਲ ਨੌਲੇਜ ਨਹੀਂ ਹੈ, ਅਸੀਂ ਉਹਨਾਂ ਦਾ ਮੁਕਾਬਲਾ ਮੇਜ਼ 'ਤੇ ਨਹੀਂ ਕਰ ਸਕਦੇ। ਪੋਲੀਟੀਸ਼ੀਅਨਸ ਨੂੰ ਤਾਂ ਤੁਹਾਡੇ ਵੱਲ ਦੇਖਣਾ ਪੈਂਦਾ। ਨਹੀਂ, ਇਹ ਤਾਂ ਨਹੀਂ, ਤੁਹਾਨੂੰ ਪੋਲੀਟੀਕਲ ਨੌਲੇਜ ਨਹੀਂ ਕਹਿ ਕੇ ਕਿਹਨੇ ਮਰਨਾ ਅੱਜ ਦੀ ਡੇਟ 'ਚ? ਨਹੀਂ ਨਹੀਂ, ਇਹ ਤਾਂ ਨਹੀਂ ਕੋਈ ਗੱਲ ਹੈ ਵੀ ਉਹ ਸਾਨੂੰ, ਸਾਡੇ ਨਾਲੋਂ ਜ਼ਿਆਦਾ ਸਿਆਣੇ ਆ, ਉਹਨਾਂ ਕੋਲ ਵੱਡੇ ਵੱਡੇ ਸਿਰ ਹੈ, ਵੱਡੇ ਵੱਡੇ ਸਲਾਹਕਾਰ। ਨਹੀਂ, ਤੁਸੀਂ ਕਿਹਾ ਕਿ ਇਹ ਸੰਭਾਵਨਾ ਬਣ ਰਹੀ ਹੈ, ਕੀ ਸੰਭਾਵਨਾ ਬਣ ਰਹੀ ਹੈ, ਇਹਨੂੰ ਹੋਰ ਐਕਸਪਲੇਨ। ਦੇਖੋ, ਜਦੋਂ ਵੀ ਹੁਣ ਕੋਈ ਹਿੰਦੁਸਤਾਨ ਪੱਧਰ 'ਤੇ ਕੋਈ ਇਹੋ ਜਿਹੀ ਸਰਕਾਰ ਜਿਵੇਂ ਕੋਈ ਕਾਨੂੰਨ ਲੈ ਕੇ ਆ ਗਈ, ਜਾਂ ਕੋਈ ਕੱਲ੍ਹ ਨੂੰ MSP ਦਾ ਮਸਲਾ ਸੀ ਕਿਸੇ ਸਟੇਟਾਂ 'ਚ ਉੱਠਿਆ ਨਹੀਂ ਸੀ, ਜੇ ਵੀ ਪੰਜਾਬ ਦੇ ਵਿੱਚੋਂ ਉੱਠਿਆ, ਹੁਣ ਦੂਜੀਆਂ ਸਟੇਟਾਂ ਨੂੰ ਪਤਾ ਲੱਗਿਆ ਵੀ ਹੈ ਯਾਰ ਐਡਾ ਵੱਡਾ ਫਰਕ। ਅਸੀਂ ਇੱਕ ਜ਼ਿਲ੍ਹੇ ਦੀ ਪੰਚਾਇਤ ਦੇ ਵਿੱਚ ਗਏ, ਹਰਿਆਣੇ ਦੀ 'ਚ ਅਮਿਤਾਬ ਦੇ ਇਲਾਕੇ ਦੇ ਵਿੱਚ, ਉੱਥੇ ਕਹਿੰਦੇ ਵੀ ਸਾਡੇ 'ਤੇ 850 ਝੋਨਾ ਖਰੀਦਿਆ ਇੱਥੇ, ਅਤੇ ਪੰਜਾਬ ਦੇ ਵਿੱਚ 1800-1900 ਨੂੰ ਵਿਕਦਾ। ਇਸ ਕਰਕੇ ਬੜੇ ਡਿਫਰੈਂਸਿਸ ਦਾ ਉਹਨਾਂ ਨੂੰ ਪਤਾ ਲੱਗਿਆ, ਸਾਡੀ ਸਾਂਝ ਬਣੀ ਹੈ। ਸਾਂਝ ਨਾਲ ਮੇਰਾ ਕਹਿਣ ਦਾ ਮਤਲਬ ਹਿੰਦੁਸਤਾਨ ਪੱਧਰ 'ਤੇ ਜੇ ਕਿਰਤੀਆਂ ਦੀ ਸਾਂਝ ਬਣਦੀ ਹੈ, ਤਾਂ ਵੱਡੇ ਮਸਲੇ, ਰੁਜ਼ਗਾਰ ਦੇ ਮਸਲੇ, ਕਰਜ਼ੇ ਦੇ ਮਸਲੇ, MSP ਦੇ ਮਸਲੇ, ਜਾਂ ਨਵੇਂ ਕਾਨੂੰਨ ਜਿਹੜੇ ਲੈ ਕੇ ਆਉਂਦੇ ਨੇ ਖੇਤੀ ਵਾਸਤੇ, ਉਹਨਾਂ ਦੇ ਮਸਲੇ, ਸਿੱਖਿਆ ਨੀਤੀ, ਕਿਸਾਨ ਪੋਲੀਟੀਕਲ ਪਾਰਟੀ ਬਣਾ ਸਕਦੇ ਹਾਂ ਜੋਗਿੰਦਰ ਜੀ? ਦੇਖੋ ਜੀ, ਇਹ ਤਾਂ ਆਉਣ ਵਾਲੇ ਸਮਾਂ ਹੀ ਦੱਸੂਗਾ ਜੇ ਕਿਸਾਨਾਂ ਦੇ ਵਿੱਚ ਨਹੀਂ ਕੁਛ ਵਿਚਾਰਧਾਰਾ ਤਾਂ ਹੋਈ ਹੋਣੀ। ਜਿਹੜੀ ਇਹ ਅਵੇਅਰਨੈਸ ਹੈ, ਅਵੇਅਰਨੈਸ ਜਦੋਂ ਤੁਰਦੀ ਹੈ, ਕਿਸੇ ਦਿਸ਼ਾ ਲੈਂਦੀ ਹੈ, ਦਿਸ਼ਾ ਦੇ ਵਿੱਚੋਂ ਕੁਛ ਨਾ ਕੁਛ ਉਪਜਦਾ ਹੈ। ਨਹੀਂ, ਮੇਰਾ ਤਾਂ ਸਵਾਲ ਇਹ ਹੈ ਕਿ ਤੁਸੀਂ ਅਗਰ ਸਾਰੀ ਪੋਲੀਟੀਕਲ ਪਾਰਟੀਆਂ ਠੀਕ ਨਹੀਂ ਹੈਗੀਆਂ, ਕਿਸੇ ਨਾ ਕਿਸੇ 'ਚ ਕੋਈ ਨਾ ਕੋਈ ਖੋਟ ਹੈ, ਔਰ ਉਹ ਕਿਸਾਨਾਂ ਦੇ ਹਿੱਤ ਦੀ ਗੱਲ ਨਹੀਂ ਕਰਦੀਆਂ, ਫਿਰ ਕਿਸਾਨ ਹੀ ਪਾਰਟੀ ਬਣਾ ਲੈਣ। ਦੇਖੋ, ਅੱਜ ਦੀ ਘੜੀ ਤਾਂ ਮੈਂ ਮਤਲਬ ਹੁਣ ਇੱਥੋਂ ਕਿਹੜੇ ਪਲੇਟਫਾਰਮ ਤੋਂ ਕਿਹੜੇ ਸਟੈਂਡ ਤੋਂ ਕਿਹੜੀ ਅਥਾਰਟੀ ਨਾਲ ਬੋਲਾਂ ਜੇ ਕਿਸਾਨ ਪਾਰਟੀ ਬਣਾ ਲੈਣ? ਨਹੀਂ, 9 ਮਹੀਨਿਆਂ 'ਚ ਕੋਈ ਵਿਚਾਰ ਵਟਾਂਦਰਾ ਹੀ ਨਹੀਂ ਹੋਇਆ ਇੱਦਾਂ ਦਾ? ਨਹੀਂ ਨਹੀਂ, ਇੱਧਰ ਨਹੀਂ ਸਾਡਾ ਕਦੇ ਧਿਆਨ ਜਾਂਦਾ, ਸਾਡਾ ਤਾਂ ਖਾਸ ਕਰਕੇ ਨਹੀਂ ਜਾਂਦਾ। ਅਸੀਂ ਤਾਂ ਕਹਿੰਦੇ ਵੀ ਜੇ ਚਿਮਟੇ ਨਾਲ
ਜਾਤੀ ਲੜਾਈ ਬਣ ਨਾ ਬਣੇ, ਇਹ ਤੋਂ ਸਾਰੇ ਸਾਰੇ ਲੀਡਰ ਅਵੇਅਰ ਨੇ, ਸਾਰੇ ਸੰਕੋਚ ਕਰਨਗੇ, ਬਹੁਤ ਬੱਚਤ ਨਾਲ ਚੱਲ ਰਹੇ ਨੇ, ਬਹੁਤ ਸੰਜੀਦਗੀ ਨਾਲ ਚੱਲ ਰਹੇ ਨੇ, ਇੱਕਾ ਦੁੱਕਾ ਕਿਤੇ ਅਣਜਾਣਪਣੇ 'ਚ ਕਿਤੇ ਨਾ ਕਿਤੇ ਕੋਈ ਗਲਤੀਆਂ ਫਲਤੀਆਂ ਹੋ ਜਾਂਦੀਆਂ ਨੇ, ਉਹ ਮਹਿਸੂਸ ਵੀ ਸਾਰੇ ਕਰਦੇ ਨੇ ਵੀ ਫਰਕ ਪਾਉਣ। ਅਗਰ ਮੰਨ ਲਓ ਕੋਈ ਪੋਲੀਟੀਕਲ ਫਰੰਟ ਕੱਲ੍ਹ ਨੂੰ ਬਣਦਾ ਹੈ ਅਤੇ ਉਹਦੇ 'ਚ ਵੀ ਤੁਹਾਡੀ ਵਿਚਾਰਧਾਰਾ 'ਚ ਕਈਆਂ 'ਚ ਵਿਖਰੇਵੇਂ ਆ, ਤੁਸੀਂ ਰਾਜੇਵਾਲ ਸਾਹਿਬ ਦਾ ਨਾਮ ਲਿਆ, ਉਹ ਤਾਂ ਇਸ ਚੀਜ਼ ਦੇ ਸਖ਼ਤ ਖਿਲਾਫ਼ ਹੈ ਕਿ ਜਦੋਂ ਤੱਕ ਅੰਦੋਲਨ ਚੱਲ ਰਿਹਾ ਹੈ ਉਦੋਂ ਤੱਕ ਬਿਲਕੁਲ ਚੋਣ ਲੜਨ ਦੀ ਜਾਂ ਪੋਲੀਟੀਕਲ ਗੱਲ ਨਹੀਂ ਕਰਨੀ ਚਾਹੀਦੀ ਵੀ ਅਸੀਂ ਚੋਣ ਲੜਾਂਗੇ। ਉਹ ਤਾਂ ਫਿਰ ਸਾਡੇ ਵਾਲੀ ਗੱਲ ਹੀ ਕਹੀ ਜਾਂਦਾ, ਅਤੇ ਫਿਰ ਵਖਰੇਵਾਂ ਕਾਹਦਾ ਹੋਵੇ। ਇਸ ਗੱਲ 'ਤੇ ਕੁੱਲ ਜਥੇਬੰਦੀਆਂ ਜਿੰਨੀਆਂ ਸਾਡੇ ਨਾਲ ਜੁੜੀਆਂ ਹੋਈਆਂ, ਪੰਜਾਬ ਦੀਆਂ, ਹਿੰਦੁਸਤਾਨ ਦੀਆਂ, ਵੀ ਜਿੰਨਾ ਚਿਰ ਮੋਰਚਾ ਚੱਲਦਾ ਪੋਲੀਟੀਕਲ ਗੱਲ ਨਾ ਕਰੋ, ਚੋਣਾਂ ਦੀ ਗੱਲ ਨਾ ਕਰੋ, ਇਹ ਤਾਂ ਸਾਰੀਆਂ ਇੱਕ ਮਤ ਨੇ। ਠੀਕ ਹੈ, ਇੱਕ ਮਤ ਹੈ ਨਾ। ਫਿਰ ਤੁਸੀਂ ਪਰਸੋਂ ਖੜੇ ਸੀ ਸਿਰਸਾ ਗੁਰਨਾਮ ਸਿੰਘ ਚੜੂਣੀ ਨਾਲ, ਉਹ ਤਾਂ ਗੱਲ ਹੀ ਚੋਣ ਦੀ ਕਰਦੇ ਆ, ਫਿਰ ਤੁਸੀਂ ਕਹਿ ਰਹੇ ਹੋ ਵਖਰੇਵਾਂ ਨਹੀਂ ਹੈ, ਚੜੂਣੀ ਸਾਹਿਬ ਕਹਿੰਦੇ ਆ ਕਿ ਮੈਂ ਤਾਂ ਲੜਨਾ ਚਾਹੀਦਾ, ਇਹਨਾਂ ਨੂੰ ਵੀ ਲੜਨਾ ਚਾਹੀਦਾ, ਤੁਸੀਂ ਕਹਿੰਦੇ ਹੋ ਕਿ ਵਖਰੇਵਾਂ ਨਹੀਂ ਹੈ, ਮੈਂ ਵਖਰੇਵਾਂ ਦੱਸ ਦਿੰਦਾ, ਪਰਸੋਂ ਤੁਸੀਂ ਇਕੱਠੇ ਸੀ। ਬਿਲਕੁਲ ਠੀਕ ਹੈ, ਇਹ ਕਹਿ ਰਿਹਾ ਚੜੂਣੀ ਸਾਹਿਬ, ਪਹਿਲਾਂ ਵੀ ਇੱਕ ਦੋ ਵਾਰੀ ਕਹਿ ਗਏ, ਸਾਡੀ ਮੀਟਿੰਗ ਦੇ ਵਿੱਚ ਵੀ ਸਵਾਲ ਉੱਠਿਆ ਸੀ ਵੀ ਤੁਸੀਂ ਭਾਈ ਇਹ ਨਾ ਕਿਹਾ ਕਰੋ, ਪਰ ਜਦੋਂ ਉਹ ਇਹ ਬੋਲਦਾ ਨਾ ਸ਼ਬਦ, ਉਹ ਇਹ ਕਹਿ ਕੇ ਬੋਲਦਾ ਵੀ ਇਹ ਮੇਰੀ ਪਰਸਨਲ ਰਾਏ। ਨਹੀਂ, ਪਰਸਨਲ ਔਰ ਪਰਾਈ ਰਾਏ ਕੀ ਹੁੰਦੀ ਹੈ, ਮੈਨੂੰ ਇਹ ਨਹੀਂ ਹੋਣਾ ਚਾਹੀਦਾ, ਚਲੋ ਉਹਦੀ ਸਮਝ ਮੁਤਾਬਕ ਪਰਸਨਲ ਰਾਏ ਉਦੋਂ ਤੱਕ ਕਹਿ ਸਕਦੇ ਸੀ ਜਦੋਂ ਤੱਕ ਹਰਿਆਣਾ 'ਚ ਉਹਨਾਂ ਨੇ ਕੋਈ ਵੱਡਾ ਅੰਦੋਲਨ ਨਹੀਂ ਵਿੱਢਿਆ ਹੋਇਆ ਸੀ ਸਿੰਘੂ ਬਾਰਡਰ 'ਤੇ, ਅਤੇ ਉਹ ਲੜ ਰਹੇ ਸੀ, ਲੜੇ ਵੀ ਪਹਿਲਾਂ ਆਮ ਆਦਮੀ ਪਾਰਟੀ ਤੋਂ। ਲੇਕਿਨ ਜਦੋਂ ਅੰਦੋਲਨ ਚੱਲ ਰਿਹਾ ਹੈ ਔਰ ਲੋਕ ਪਿੱਛੇ ਖੜੇ ਅੰਦੋਲਨ ਕਰਕੇ, ਉਦੋਂ ਤੁਸੀਂ ਅਗਰ ਪੋਲੀਟੀਕਲ ਗੱਲ ਕਰਦੇ ਹੋ ਤਾਂ ਸਟੈਂਡ ਕਲੀਅਰ ਕਰਨਾ ਪਏਗਾ ਨਾ। ਹੁਣ ਉਹ ਤੁਹਾਡੇ ਨਾਲ ਖੜੇ ਹੈ, ਤੁਸੀਂ ਰਾਜੇਵਾਲ ਸਾਹਿਬ ਦੀ ਗੱਲ ਨਾਲ ਸਹਿਮਤ ਹੋ ਔਰ ਸੰਯੁਕਤ ਮੋਰਚਾ ਦੀ ਗੱਲ ਨਾਲ ਸਾਬਿਤ ਹੋ, ਲੇਕਿਨ ਰਾਜੇਵਾਲ ਸਾਹਿਬ ਔਰ ਚੜੂਨੀ ਪੋਲੀਟੀਕਲ ਜਿਹੜਾ ਚੋਣ ਲੜਨ ਦੀ ਗੱਲ ਹੈ ਉਹਦੇ 'ਤੇ ਆਪਸ 'ਚ ਸਹਿਮਤ ਨਹੀਂ ਹੈ? ਨਹੀਂ, ਉਹਨੇ ਇਹ ਤਾਂ ਨਹੀਂ ਕਦੇ ਕਦੇ ਮੇਰੇ ਖਿਆਲ 'ਚ ਚੰਡੂਨੀ ਨੇ ਕਿਹਾ ਵੀ ਮੈਂ ਮਤਲਬ ਚੋਣ ਪ੍ਰਚਾਰ 'ਚ ਹੁਣ ਹੀ ਜਾਣਾ ਜਾਂ ਮੈਂ ਚੋਣਾਂ ਹੁਣ ਹੀ ਲੜਨਾ। ਨਹੀਂ, ਉਹ ਮੇਰੇ ਇੰਟਰਵਿਊ 'ਚ ਕਹਿ ਚੁੱਕੇ ਹੈ ਲੜਨ ਦੀ ਗੱਲ ਕਿ ਚੋਣ ਲੜਨੀ ਚਾਹੀਦੀ ਹੈ, ਇਹਨੂੰ ਮੈਨੂੰ ਵੀ ਲੜਨੀ ਚਾਹੀਦੀ ਹੈ, ਕਹਿੰਦੇ ਪੰਜਾਬ ਵਾਲਿਆਂ ਨੂੰ ਵੀ ਲੜਨੀ ਚਾਹੀਦੀ ਹੈ। ਮੈਂ ਕਿਹਾ ਫਿਰ ਲੋਕ ਤੁਹਾਨੂੰ ਕਰਨਗੇ ਠੀਕ, ਕਹਿੰਦਾ ਲੋਕ ਜੇ ਨਾ ਲੜਿਆ ਤਾਂ ਠੀਕ ਕਰ ਦੇਣਗੇ, ਤੁਸੀਂ ਪੁੱਛੋ ਉਹਨਾਂ ਨੂੰ ਇਹ ਗੱਲ। ਚਲੋ ਉਹ ਤੁਹਾਡਾ ਉਹਦਾ ਸਵਾਲ ਹੈ, ਸਾਡੇ ਅੰਦਰ ਨੂੰ ਮਸਲੇ ਨੇ, ਇਹਨਾਂ ਨਾਲ ਕਰ ਲਾਂਗੇ ਜਿਹੜੇ ਸਾਡੇ ਅੰਦਰੂਨੀ ਮਸਲੇ ਨੇ, ਅਸੀਂ ਉਹਨਾਂ ਨਾਲ ਕਿਵੇਂ ਨਜਿੱਠਣਾ? ਸਰ, ਪੋਲੀਟੀਕਲ ਪਾਰਟੀਆਂ ਇਹ ਦੇਖ ਰਹੀਆਂ ਉਗਰਾਹਾਂ ਸਾਹਿਬ ਕਿ ਕਿਸਾਨ ਪੋਲੀਟੀਕਲ ਪਾਰਟੀ ਬਣਾਉਣਗੇ ਜਾਂ ਨਹੀਂ। ਮੈਂ ਤਾਂ ਪੁੱਛ ਰਿਹਾ ਕਿ ਜੇ ਕਿਸੇ ਦੀ ਲਾਲਸਾ ਜਾਗ ਪਈ ਹੈ ਇਲੈਕਸ਼ਨ ਲੜਨ ਦੀ ਤਾਂ ਤੁਸੀਂ ਉਹਨੂੰ ਪੁੱਛੋ, ਉਹਨੂੰ ਵੀ ਸਵਾਲ ਜਵਾਬ ਕਰੋ। ਦੇਖੋ, ਚੰਡੂਨੀ ਸਾਹਿਬ ਪਹਿਲਾਂ ਵੀ ਚੋਣ ਲੜੇ ਨੇ, ਪਹਿਲਾਂ ਚੋਣ ਲੜਦੇ ਰਹੇ ਆ, ਉਹਨਾਂ ਦਾ ਇਹ ਨਹੀਂ ਵੀ ਇਸ ਅੰਦੋਲਨ ਦੇ ਵਿੱਚ ਆ ਕੇ ਉਹਨਾਂ ਦਾ ਸਟੈਂਡ ਇਹ ਆ, ਬਸ ਇਹਨਾਂ ਫਰਕ ਇਹ ਨਹੀਂ ਹੈ ਵੀ ਉਹਨਾਂ ਨੂੰ ਇਸ ਵੇਲੇ ਇਹ ਗੱਲ ਥੋੜ੍ਹੀ ਜਿਹੀ ਇਹ ਤੋਂ ਗਰੇਜ ਕਰਨਾ ਚਾਹੀਦਾ, ਫਰਕ ਇਹ ਨਹੀਂ ਹੈ। ਤੁਸੀਂ ਸਮਝਾਇਆ ਨਹੀਂ ਉਹਨਾਂ ਨੂੰ, ਉਹਨਾਂ ਨੇ ਚੋਣ ਪਹਿਲਾਂ ਵੀ ਲੜੀ ਹੈ ਅਤੇ ਉਹਨਾਂ ਦੀ ਘਰਵਾਲੀ ਨੇ ਵੀ ਚੋਣ ਲੜੀ ਹੈ, ਉਹ ਆਪ ਵੀ ਚੋਣ ਲੜਦੇ ਰਹੇ ਨੇ, ਇਸ ਕਰਕੇ ਉਸ ਨਜ਼ਰੀਏ 'ਚ ਉਹਨਾਂ ਨੂੰ ਲੱਗਦਾ ਹੋਣਾ ਵੀ ਚੋਣ ਵਾਲਾ ਰਾਹ ਠੀਕ ਹੈ। ਐਂ ਹੋ ਸਕਦਾ ਸਾਡੇ ਵਿੱਚ ਜਥੇਬੰਦੀਆਂ ਬੈਠੀਆਂ ਨੇ ਜਿਹਨਾਂ ਚੋਣ ਦਾ ਰਾਹ ਠੀਕ ਲੱਗਦਾ, ਇਸ ਕਰਕੇ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਤੁਸੀਂ ਠੀਕ ਹੈ, ਸਾਡਾ ਚੋਣਾਂ ਦਾ ਰਾਹ ਹੈਗਾ, ਰਸਤੇ ਵੱਖਰੇ ਵੱਖਰੇ ਨੇ, ਜਿੰਨਾ ਚਿਰ ਆਪਣਾ ਅੰਦੋਲਨ ਚੱਲਦਾ ਉਹਨਾਂ ਚਿਰ ਇਸ ਗੱਲ ਤੋਂ ਗੁਰੇਜ਼ ਕਰ ਲਓ ਇਸ ਗੱਲ ਦੀ। ਪੰਜਾਬ 'ਚ ਵੀ ਜਿੰਨੀ ਦੇਰੀ ਅੰਦੋਲਨ ਚੱਲਦਾ ਉੱਨੀ ਦੇਰੀ ਕਿਸਾਨ ਲੀਡਰ ਜਿਹੜੇ ਆ ਉਹ ਚੋਣਾਂ ਦੇ ਚੋਣ ਲੜਨ ਲਈ ਮੰਚ 'ਤੇ ਨਹੀਂ ਜਾਣਗੇ। ਸਾਰਿਆਂ ਦੀ ਹੈ, ਸਾਰਿਆਂ ਦੀ ਹੈ ਤਕਰੀਬਨ, ਜਿੰਨੀਆਂ ਜਥੇਬੰਦੀਆਂ ਪੰਜਾਬ ਵਾਲੀਆਂ ਨੇ ਉੱਥੇ ਸਾਰਿਆਂ ਦੀ। ਇਹ ਅੰਦੋਲਨ 'ਚ ਕੋਈ ਡਾਇਲੋਗ ਨਹੀਂ ਹੋ ਰਿਹਾ, ਹੁਣ ਕੇਂਦਰ ਸਰਕਾਰ ਆਪਣੀ ਜਗ੍ਹਾ ਫਸੀ ਬੈਠੀ ਹੈ, ਤੁਸੀਂ ਦੂਜੇ ਪਾਸੇ ਫਸੇ ਬੈਠੇ ਹੋ, ਤੁਸੀਂ ਕਹਿੰਦੇ ਹੋ ਕਿ ਇਹ ਰੱਦ ਹੋਣੇ ਚਾਹੀਦੇ ਆ, ਉਹ ਕਹਿੰਦੇ ਕਿ ਰੱਦ ਤੋਂ ਇਲਾਵਾ ਕੋਈ ਮਸੌਦਾ ਲਿਆਓ, ਹੁਣ ਇਹ ਗੱਲ ਸ਼ੁਰੂ ਕਿਵੇਂ ਹੋਈ? ਦੇਖੋ, ਗੱਲ ਤਾਂ ਸ਼ੁਰੂ ਉਹ ਇਹ ਤਾਂ ਕਹਿੰਦੇ ਨੇ ਨਾ ਵੀ ਅਮੈਂਡਮੈਂਟਾਂ ਕਰ ਦਿੰਦੇ ਹਾਂ, ਇਹਨਾਂ 'ਚ ਸੋਧਾਂ ਕਰ ਦਿੰਦੇ ਹਾਂ, ਇਹਦਾ ਮਤਲਬ ਤਾਂ ਇਹ ਅਸੀਂ ਕਿਹਾ ਉਹਨਾਂ ਨੂੰ ਸਾਡੀ ਗੱਲ 'ਚ ਵਜਨ ਹੈ, ਅਸੀਂ ਕਿਹਾ ਵੀ ਤੁਸੀਂ ਹੋਲਡ ਦੇ ਮੰਨਦੇ ਹੋ ਵੀ ਹੋਲਡ ਕਰ ਦਿੰਦੇ ਹਾਂ, ਤੁਸੀਂ ਸੋਧਾਂ ਮੰਨਦੇ ਹੋ। ਜਦੋਂ ਅਜੇ ਇਹ ਇੰਪਲੀਮੈਂਟ ਹੋਏ ਨਹੀਂ ਕਾਨੂੰਨ, ਦੋ ਚੀਜ਼ਾਂ ਤੁਸੀਂ ਮੰਨੀ ਜਾਂਦੇ ਹੋ, ਇੱਕ ਤਾਂ ਇਹ ਹੈ ਵੀ ਚੀਜ਼ ਕੋਈ ਕਾਨੂੰਨ ਲੱਗ ਗਿਆ ਇੰਪਲੀਮੈਂਟ ਕੀਤਾ ਤੁਸੀਂ ਉਹਦੇ ਸਿੱਟੇ ਗਲਤ ਨਿਕਲ ਕੇ ਫਿਰ ਤੁਸੀਂ ਸੋਧਾਂ ਕਰਨ ਦੀ ਗੱਲ ਕਰਦੇ ਹੋ, ਇੱਕ ਕਾਨੂੰਨ ਅਜੇ ਇੰਪਲੀਮੈਂਟ ਹੋਇਆ ਨਹੀਂ, ਸੋਧਾਂ ਕਰਨ ਦੀ ਗੱਲ ਪਹਿਲਾਂ ਹੀ ਆ ਗਈ, ਅਮੈਂਡਮੈਂਟ ਉਹਨੂੰ ਹੋਲਡ ਕਰਨ ਦੀ ਗੱਲ ਪਹਿਲਾਂ ਹੀ ਆ ਗਈ, ਇਹਦਾ ਮਤਲਬ ਇਹ ਵੀ ਤੁਸੀਂ ਕਾਹਲੀ 'ਚ ਕੀਤਾ ਹੋਇਆ ਫੈਸਲਾ ਤੁਹਾਡਾ, ਤੁਸੀਂ ਕਾਹਲੀ 'ਚ ਕੀਤੇ ਹੋਏ ਫੈਸਲੇ ਨੂੰ ਵਾਪਸ ਲਓ, ਇਹੀ ਹੈ ਸਾਡਾ ਵੀ ਤੁਹਾਡਾ ਇਹ ਫੈਸਲਾ ਕਾਹਲੀ ਨਾਲ ਕੀਤਾ ਹੋਇਆ, ਲੋਕਾਂ 'ਚ ਜਾਓ, ਲੋਕਾਂ ਨੂੰ ਕਨਵਿੰਸ ਕਰਾਓ ਅਤੇ ਜੇ ਲੋਕ ਪ੍ਰਵਾਨ ਕਰ ਲੈਣਗੇ ਫਿਰ ਲਾਗੂ ਕਰ ਦਿਓ, ਇੱਕ ਵਾਰੀ ਵਾਪਸ ਲੈ ਲਓ, ਬਸ ਇੰਨੇ ਰੌਲਾ ਹੈ। ਉਗਰਾਹਾਂ ਸਾਹਿਬ, ਤੁਸੀਂ ਕਿਹਾ ਵੀ 113 ਜਗ੍ਹਾ ਧਰਨੇ ਲੱਗੇ ਹੈ, ਜੇ ਅਸੀਂ ਚੱਕਦੇ ਹਾਂ ਪੰਜਾਬ 'ਚੋਂ ਤਾਂ ਕੀ ਮੈਸੇਜ ਜਾਏਗਾ? ਕੇਂਦਰ ਸਰਕਾਰ ਵੀ ਤਾਂ ਇਹ ਸੋਚ ਸਕਦੀ ਹੈ ਕਿ ਜੇ ਅਸੀਂ ਇਹਨੂੰ ਵਾਪਸ ਲੈਂਦੇ ਹਾਂ ਤਾਂ ਬਾਕੀ ਦੇਸ਼ 'ਚ ਕੀ ਮੈਸੇਜ ਜਾਏਗਾ, ਕੰਮ ਇੱਥੇ ਹੀ ਫਸਿਆ ਹੋਇਆ। ਨਹੀਂ, ਬਾਕੀ ਦੇਸ਼ 'ਚ ਕੀ ਮੈਸੇਜ ਜਾਊਗਾ? ਦੇਸ਼ ਦੇ ਲੋਕਾਂ ਦੀ ਸਰਕਾਰ ਹੈ, ਦੇਸ਼ ਦੇ ਲੋਕਾਂ ਨੇ ਸਰਕਾਰ ਬਣਾਈ ਹੈ, ਜੇ ਸਰਕਾਰ ਤੋਂ ਗਲਤ ਫੈਸਲੇ ਹੋ ਜਾਂਦੇ ਨੇ ਜਾਂ ਜੇ ਦੋਸ਼ ਉਹ ਤਾਂ ਲੋਕ ਪ੍ਰਵਾਨ ਨਹੀਂ ਕਰਦੇ ਉਹ ਫੈਸਲਿਆਂ ਨੂੰ, ਇੱਥੇ ਤਾਂ ਉਹ ਰੋਲ ਟੈਕਟ ਕੀਤਾ ਸੀ ਇਹਨਾਂ ਨੇ ਅੰਗਰੇਜ਼ਾਂ ਨੇ, ਉਹਨਾਂ ਨੂੰ ਫੈਸਲਾ ਵਾਪਸ ਲੈਣਾ ਪੈ ਗਿਆ, ਨਾਲੇ ਵਿਦੇਸ਼ੀ ਸਰਕਾਰ ਸੀ, ਇਹ ਸਾਡੀ ਸਰਕਾਰ ਸਾਡੀ ਗੱਲ ਕਾਹਤੋਂ ਨਹੀਂ ਮੰਨਦੀ?
ਬਣਾਏ ਵੀ ਇਹਨਾਂ ਨੇ ਕਰੋਨਾ ਵੇਲੇ ਨੇ, ਜਦੋਂ ਕਾ ਲੋਕ ਬਾਹਰ ਨਾ ਨਿਕਲਣ, ਐਡੀ ਕੀ ਸੀ ਆਰਡੀਨੈਂਸ ਲਿਆਉਂਦੇ, ਆਰਡੀਨੈਂਸ ਤੋਂ ਫੌਰਨ ਕਾਨੂੰਨ ਬਣਾਤੇ, ਐਡੀ ਕਾਹਲ ਕਰਨੀ, ਐਡੀ ਤੇਜ਼ੀ ਹੋਣੀ, ਜਦੋਂ ਇਹ ਬਣੇ ਕਾਨੂੰਨ, ਬਿੱਲ ਬਣ ਕੇ, ਹੁਣ ਤਾਂ ਕਾਨੂੰਨ ਬਣਾਤੇ, ਜਦੋਂ ਬਿੱਲ ਬਣ ਕੇ ਵਿਰੋਧ ਤਾਂ ਉਹਦੇ ਉੱਠ ਖੜਿਆ, ਅਤੇ ਬਹੁਤ ਵੱਡਾ ਵਿਰੋਧ ਹੈ। ਮੈਨੂੰ ਲੱਗਦਾ ਵੀ ਨਾ 300 ਧਾਰਾ 370 'ਤੇ ਨਾ ਐਨਆਰਏ ਸੀ ਇੰਨਾ ਵੱਡਾ ਵਿਰੋਧ ਨਹੀਂ ਉੱਠਿਆ, ਨਾ ਨੋਟਬੰਦੀ 'ਤੇ ਵਿਰੋਧ ਉੱਠਿਆ, ਨਾ GST 'ਤੇ ਵਿਰੋਧ ਉੱਠਿਆ। ਕਿੰਨੇ ਗਲਤ ਫੈਸਲੇ ਪਹਿਲਾਂ ਕੀਤੇ ਨੇ, ਉਹਨਾਂ 'ਤੇ ਨਹੀਂ ਵਿਰੋਧ ਉੱਠਿਆ, ਇਸ 'ਤੇ ਵਿਰੋਧ ਉੱਠ ਗਿਆ, ਕਿਉਂਕਿ ਇਹ ਚੁੱਲ੍ਹੇ ਰੋਟੀ ਦਾ ਸਵਾਲ ਹੈ, ਇਹ ਫੀਡ ਪ੍ਰੋਡਕਸ਼ਨ ਦਾ ਸਵਾਲ ਹੈ, ਇਹਦੇ 'ਤੇ ਵੱਡਾ ਵਿਰੋਧ ਉੱਠ ਖੜਿਆ। ਇਹ ਜੇ ਵੱਡਾ ਵਿਰੋਧ ਹੈ, ਬੇਸ਼ੱਕ ਉਹ ਚਲ ਉਹ ਮੰਨ ਸਕਦੇ ਆ, ਚਲ ਜੇ ਉਹ ਕਹਿੰਦੇ ਨੇ ਵੀ ਸਾਡੀ ਗੱਲ ਠੀਕ ਹੈ, ਠੀਕ ਹੈ ਜੀ, ਤੁਹਾਡੀ ਗੱਲ ਠੀਕ ਉਹ ਲੋਕ ਫਤਵਾ ਦੇ ਦੇਣਗੇ, ਤੁਸੀਂ ਵਾਪਸ ਲਓ ਅਤੇ ਜਿਹੜੇ ਅੰਦੋਲਨ ਨੂੰ ਖਤਮ ਕਰੋ, ਲੋਕਾਂ 'ਚ ਜਾਓ, ਤੁਸੀਂ ਕਹੋ ਵੀ ਸਾਡੀ ਆਹ ਗੱਲ ਠੀਕ ਸੀ, ਲੋਕਾਂ ਦੇ ਸਿਰ ਮੱਥੇ ਭਾਈ ਜੇ ਤੁਸੀਂ ਕਹਿੰਦੇ ਸੀ ਮੈਂ ਵਾਪਸ ਲੈ ਲਏ। ਤੁਹਾਨੂੰ ਕੀ ਲੱਗਦਾ ਕਿ ਇਹ ਗੱਲ ਕੌਣ ਆਦਮੀ ਆ ਕੇ ਕਹੇ ਅਤੇ ਤੁਸੀਂ ਇਹ ਅੰਦੋਲਨ ਖਤਮ ਕਰ ਸਕਦੇ ਹੋ? ਕੌਣ ਸਰਕਾਰ ਕਵੇ? ਸਰਕਾਰ ਕਹੇ ਅਸੀਂ ਜਿਹੜੇ ਕਾਨੂੰਨ ਨੇ ਵਾਪਸ ਲੈ ਲਏ ਭਾਈ, MSP ਦੀ ਕਾਨੂੰਨੀ ਅਸੀਂ ਅਥੋਰਟੀ ਬਣਾਤੀ, ਆਹ ਬਿਜਲੀ ਸੋਧ ਬਿੱਲ ਆ ਜਿਹੜਾ ਇਹ ਅਸੀਂ ਲਾਗੂ ਨਹੀਂ ਕਰਦੇ, ਵਾਪਸ ਲੈ ਲਿਆ, ਪਰਾਲੀ ਵਾਲਾ ਕਾਨੂੰਨ ਦਾ ਸਾਡਾ ਕੋਈ ਮਸਲਾ ਨਹੀਂ, ਅੰਦੋਲਨ ਦਾ ਕੀ ਬਣ ਗਿਆ? ਅਗਰ 24 ਤੱਕ ਕੋਈ ਸਰਕਾਰ ਵੱਲੋਂ ਡਾਇਲੋਗ ਨਹੀਂ ਹੁੰਦੇ ਤਾਂ ਬੈਠੇ ਰਹਿਣਗੇ ਕਿਸਾਨ? 24 ਤੱਕ ਸਰਕਾਰਾਂ ਨੇ, ਸਰਕਾਰ 'ਤੇ ਸਾਡਾ ਜ਼ੋਰ ਤਾਂ ਕੋਈ ਹੈ ਨਹੀਂ, ਡਾਂਗ ਅਸੀਂ ਸਰਕਾਰ ਦੇ ਮਾਰ ਨਹੀਂ ਸਕਦੇ, ਅਸੀਂ ਬੈਠੇ ਹਾਂ, ਫਰਿਆਦ ਲੈ ਕੇ ਗਏ ਹਾਂ, ਨਹੀਂ ਸਰਕਾਰ ਮੰਨੂਗੀ, ਅਸੀਂ ਅੰਦੋਲਨ ਤਾਂ ਨਹੀਂ ਸਾਤੋਂ ਕਿਸੇ ਨੇ ਖੋਇਆ। ਹਾਂ ਇਹ ਠੀਕ ਹੈ, ਅਸੀਂ ਉੱਥੇ ਕਿੰਨਾ ਚਿਰ ਅੰਦੋਲਨ ਚਲਾਉਂਦੇ ਹਾਂ, ਉਸ ਅੰਦੋਲਨ ਦਾ ਪੰਜਾਬ ਦੇ ਵਿੱਚ ਕਿੰਨਾ ਚਿਰ ਅੰਦੋਲਨ, ਸਾਡੀ ਸਮਰੱਥਾ ਕਿੰਨੀਆਂ ਚਲਾਉਣ ਦੀ, ਉਹਨੂੰ ਉਹਨਾਂ ਚਿਰ ਅਸੀਂ ਸਮਰੱਥਾ ਮੁਤਾਬਕ ਚਲਾਵਾਂਗੇ। 2024 ਤੱਕ ਜਾਂਦਾ, 2023 ਤੱਕ ਜਾਂਦਾ, ਕਦੋਂ ਤੱਕ ਜਾਂਦਾ ਇਹ, ਇਹ ਤਾਂ ਲੋਕਾਂ ਦੇ ਉੱਤੇ ਹੈ। ਜੇ ਲੋਕ ਸਾਨੂੰ ਕਹਿਣਗੇ ਵੀ ਭਾਈ ਥੱਕ ਗਏ ਅੱਕ ਗਏ, ਹੁਣ ਤੁਸੀਂ ਇਹਦਾ ਪੈਂਤੜਾ ਬਦਲੋ, ਫਿਰ ਅੰਦੋਲਨ ਦੀ ਕੋਈ ਦਿਸ਼ਾ ਬਦਲੀ ਜਾ ਸਕਦੀ ਕਿਸੇ ਸਟੇਜ 'ਤੇ ਆ ਕੇ? ਇਹ ਕੋਈ ਜ਼ਰੂਰੀ ਨਹੀਂ ਵੀ ਦਿਸ਼ਾ ਬਦਲ ਕੇ ਅੰਦੋਲਨ ਹਾਰ ਗਏ, ਕੰਟੀਨਿਊਟੀ ਰਹਿ ਸਕਦੀ ਹੈ, ਇਹਦਾ ਕੋਈ ਹੋਰ ਪ੍ਰੋਗਰਾਮ ਦਿੱਤਾ ਜਾ ਸਕਦਾ, ਬਦਲਿਆ ਜਾ ਸਕਦਾ ਉਹਦਾ, ਇਹ ਕੋਈ ਐਂ ਨਹੀਂ ਵੀ ਇੱਥੋਂ ਫਿਰ ਲੰਮਾ ਚੱਲੂਗਾ, 24 ਤੱਕ ਵੀ ਚੱਲ ਸਕਦਾ, ਇਹ ਤਾਂ ਕੋਈ ਗੱਲ ਨਹੀਂ। ਤੁਸੀਂ ਕੋਈ ਖਾਕਾ ਤਾਂ ਸੋਚਦੇ ਹੋਣੇ ਨਾ ਵੀ ਜਿੱਥੇ ਅਸੀਂ ਖੜੇ ਹਾਂ ਵੀ ਕਿਸ ਤਰ੍ਹਾਂ ਅੰਦੋਲਨ ਅੱਗੇ ਜਾਏਗਾ? ਹੁਣ ਤੱਕ ਵੀ ਤੁਹਾਡੇ ਮਾਇੰਡ 'ਚ ਹੋਣਾ ਹੈ ਕੋਈ ਨਾ ਕੋਈ ਪਲਾਨ? ਬਿਲਕੁਲ ਮਾਇੰਡ 'ਚ ਆਉਂਦੀਆਂ ਨੇ ਗੱਲਾਂ, ਪਰ ਅਸੀਂ ਅੱਜ ਦੀ ਘੜੀ ਜਾ ਕੇ ਇੱਥੇ ਹਾਂ, ਅਸੀਂ ਕਹੀਏ ਇੱਥੋਂ ਅੱਜ ਦਾ ਸਾਡਾ ਇਹ ਹੈ ਵੀ ਅਜੇ ਸਾਡੇ 'ਚ ਦਮ ਹੈ, ਅਜੇ ਲੋਕ ਹੰਗਾਰਾ ਦੇ ਰਹੇ ਨੇ, ਸਾਨੂੰ ਸਪੋਰਟ ਮਿਲ ਰਹੀ ਹੈ, ਪੰਜਾਬ ਦੇ ਲੋਕਾਂ ਦੇ ਵਿੱਚੋਂ ਸਪੋਰਟ ਮਿਲ ਰਿਹਾ, ਦੂਜੇ ਹਿੱਸਿਆਂ ਤੋਂ ਸਪੋਰਟ ਮਿਲ ਰਹੀ ਹੈ, ਅਜੇ ਸਾਡਾ ਅੰਦੋਲਨ ਇੱਥੇ ਫਲਦਾ ਹੈ, ਅਸੀਂ ਇੱਥੇ ਅੰਦੋਲਨ ਦੇ ਵਿੱਚ ਬੈਠ ਕੇ ਅਸੀਂ ਇਹਨੂੰ ਹਿੰਦੁਸਤਾਨ ਦੀਆਂ ਦੂਜੀਆਂ ਸਟੇਟਾਂ ਦੇ ਵਿੱਚ ਲੈ ਗਏ, ਇੱਥੇ ਦੂਜੀਆਂ ਸਟੇਟਾਂ ਦੇ ਵਿੱਚ ਇਹ ਕੰਮ ਸਾਡਾ ਵੱਧ ਰਿਹਾ। 86 ਤੌਰ 'ਤੇ ਦੇਖੋ ਇਹਨਾਂ ਦਾ BJP ਦਾ ਨੁਕਸਾਨ ਹੋ ਰਿਹਾ, ਅੱਜ ਜਿਹੜਾ ਉਹਨਾਂ ਦਾ ਗੁਜਰਾਤ ਦਾ ਸਾਬਕਾ ਮੁੱਖ ਮੰਤਰੀ ਸੀਗਾ ਬਘੇਲ ਸਿੰਘ, ਉਹ ਕਿੰਨਾ ਬੋਲਿਆ ਇਹਦੇ ਉੱਤੇ ਸੋਸ਼ਲ ਮੀਡੀਆ 'ਤੇ, ਉਹ BJP ਦੇ ਖਿਲਾਫ ਕਿੰਨਾ ਬੋਲਿਆ, ਆਹ ਜਿਹੜੀ ਇਹਨਾਂ ਦੀ ਮੇਨਕਾ ਗਾਂਧੀ ਹੈ ਸੰਸਦ ਮੈਂਬਰ ਹੈ ਉਹਨਾਂ ਦੀ, ਉਹ ਕਿੰਨਾ BJP ਦੇ ਖਿਲਾਫ ਬੋਲੀ ਹੈ। ਜਿੰਨਾ ਇਹ ਅੰਦੋਲਨ ਚੱਲੂਗਾ, BJP ਦੇ ਜਿਹੜੇ ਅੰਦਰ ਦੇ ਇਹਨਾਂ ਦੇ ਆਪਦੇ ਸੰਸਦ ਨੇ ਉਹ ਟੁੱਟਣਗੇ, ਇਹਨਾਂ ਨੂੰ BJP ਕਮਜ਼ੋਰ ਹੋ, ਪੋਲੀਟੀਕਲ ਤੌਰ 'ਤੇ ਨੁਕਸਾਨ ਹੋ। ਤੁਹਾਨੂੰ ਲੱਗਦਾ ਕਿ ਉੱਤਰ ਪ੍ਰਦੇਸ਼ 'ਚ ਤੁਸੀਂ ਕੁਝ ਡੈਮੇਜ ਕਰ ਪਾਓਗੇ BJP ਨੂੰ? ਬਿਲਕੁਲ, ਅਸੀਂ ਤਾਂ ਕੌਣ ਹੁੰਦੇ ਹਾਂ, ਅਸੀਂ ਤਾਂ ਲੋਕਾਂ ਕੋਲ ਜਾਵਾਂਗੇ। ਨਹੀਂ, ਮੈਂ ਤੁਹਾਨੂੰ ਰਿਪ੍ਰੈਜੈਂਟ ਕਰ ਰਿਹਾ, ਫਾਰਮਰ ਪੂਰੀ ਜੋ ਕਲਾਸ। ਹਾਂ ਹਾਂ, ਮੈਂ ਕਹਿੰਦਾ ਫਾਰਮਰ ਹੀ, ਫਾਰਮਰ ਦੀ ਗੱਲ ਕਰਦਾ, ਫਾਰਮਰ ਔਰਗੇਨਾਈਜੇਸ਼ਨ ਦਾ ਇਹ ਕੰਮ ਹੈ ਵੀ ਅਸੀਂ ਲੋਕਾਂ ਕੋਲ ਆਪਦੀ ਸਾਰੀ ਗੱਲ ਲੈ ਕੇ ਜਾਵਾਂਗੇ। ਆਹ ਭਾਈ, ਅਸੀਂ ਇੰਨੇ ਚਿਰ ਤੋਂ ਬੈਠੇ ਹਾਂ, ਇਹਨਾਂ ਗੱਲਾਂ 'ਤੇ ਬੈਠੇ ਹਾਂ, ਆਹ ਸਾਡੇ ਦੇਸ਼ ਦੀ ਹਾਲਤ ਹੈ, ਆਹ ਸਾਡੇ ਆਹ ਕਾਰਪੋਰੇਟਾਂ ਦਾ ਆਹ ਹਾਲ ਕੀਤਾ ਇਹਨੇ, ਸਾਡਾ ਆਹ ਹਾਲਤ ਕੀਤਾ, ਕਿਹੜੇ ਕਿਹੜੇ ਮਹਿਕਮੇ ਕਾਰਪੋਰੇਟ ਨੂੰ ਵੇਚਤੇ, ਕਿਵੇਂ ਇਹਨਾਂ ਨੇ ਵੇਚੇ ਨੇ, ਕਿੰਨੇ ਹਵਾਈ ਅੱਡੇ ਦਿੱਤੇ, ਕਿੰਨੀਆਂ ਬੰਦਰਗਾਹਾਂ ਦਿੱਤੀਆਂ, ਕਿੰਨੀਆਂ ਕੋਲੇ ਦੀਆਂ ਖਾਣਾਂ ਦਿੱਤੀਆਂ, ਆਹ ਸਾਰੀ ਪਬਲਿਕ ਸੈਕਟਰ ਸਾਰੇ ਵੇਚੀ ਜਾਂਦੇ ਨੇ, ਰੇਲ ਗੱਡੀਆਂ ਵੇਚਤੀਆਂ, ਰੇਲਵੇ ਸਟੇਸ਼ਨ ਵੇਚਤੇ, ਇਹ ਸਾਰੀਆਂ ਗੱਲਾਂ। ਕਦੋਂ ਤੋਂ ਤੁਹਾਡਾ ਇਹ ਕੈਂਪੇਨ ਪੂਰਾ ਸ਼ੁਰੂ ਹੋ ਜਾਏਗਾ UP 'ਚ? ਸ਼ੁਰੂ ਹੀ ਆਉਣਾ, ਆਹ ਹੁਣ ਅਸੀਂ ਇੱਥੇ ਮੀਟਿੰਗ ਕੀਤੀ ਹੈ ਹੁਣ ਪਿੱਛੇ 9-10 ਤਰੀਕ ਨੂੰ ਲਖਨਊ ਦੇ ਵਿੱਚ, 85 ਜਥੇਬੰਦੀਆਂ ਸੀ ਉੱਥੇ, ਉਹ ਡੇਟਾਂ ਉਹਨਾਂ ਨੇ ਦੇਣੀਆਂ ਨੇ, ਮੰਡਲ ਪੱਧਰ ਦੀਆਂ ਦਿੰਦੇ ਨੇ, ਕਿੱਥੋਂ ਦੀਆਂ ਦਿੰਦੇ ਨੇ, ਫਿਰ ਉੱਤਰਾਖੰਡ ਦੇ ਵਿੱਚ ਵੀ ਜਾਵਾਂਗੇ, ਉਹ ਮਹਾਂਪੰਚਾਇਤਾਂ ਕਰਦੇ ਨੇ, ਮੀਟਿੰਗਾਂ ਕਰਦੇ ਨੇ, ਪਲੈਨ ਉੱਧਰ ਬਣ ਕੇ ਸਾਨੂੰ ਪ੍ਰੋਗਰਾਮ ਆਜੂਗਾ, ਇੱਧਰੋਂ ਫਿਰ ਸੰਯੁਕਤ ਮੋਰਚਾ ਮੀਟਿੰਗ 'ਚ ਪਾਸ ਕਰਕੇ ਸ਼ੁਰੂ ਹੋਏ। ਹਰਿਆਣੇ ਦੇ ਕੁਛ BJP ਲੀਡਰਸ ਨੇ ਕਿਹਾ ਹੈ ਕਿ ਇਹ ਜਿਹੜਾ ਅੰਦੋਲਨ ਚੱਲ ਰਿਹਾ ਹੈ ਇਹ ਕਿਸਾਨ ਤਾਂ ਹੈ ਨਹੀਂ, ਇੱਥੇ ਤਾਂ ਪੋਲੀਟਿਕਸ ਹੋ ਰਹੀ ਹੈ। ਪੋਲੀਟਿਕਸ ਅਤੇ ਕਿਸਾਨ ਦੇ ਵਿੱਚ ਅਸੀਂ ਬਖਰੇਵਾਂ ਕਿਵੇਂ ਕਰਾਂਗੇ? ਮੈਂ ਤੁਹਾਨੂੰ ਦੱਸਾਂ ਵੀ ਪਾਰਲੀਮੈਂਟ ਦੇ ਵਿੱਚ 542 ਮੈਂਬਰ ਹੈ, ਉਹਦੇ ਵਿੱਚੋਂ 400 ਦੇ ਉੱਤੇ ਕੁਛ ਬੰਦੇ ਨੇ ਜਿਨ੍ਹਾਂ ਨੇ ਕਿਸਾਨ ਲਿਖਾਇਆ ਆਪਣੇ ਆਪ ਕਾਗਜ਼ਾਂ 'ਚ, ਕਾਗਜ਼ਾਂ 'ਚ ਵੀ ਮੈਂ ਕਿਸਾਨ ਹਾਂ, ਫਿਰ ਉਹ ਪੋਲੀਟਿਕਸ ਵੀ ਨੇ, ਕਿਸਾਨ ਵੀ ਨੇ, ਉਹਨਾਂ ਨੂੰ ਕੀ ਕਹੋਗੇ? ਉਹਨਾਂ ਨੂੰ ਇਹ ਕੱਟ ਦੇਣਗੇ, ਜਾਂ ਤਾਂ ਉਹ ਕਹਿਣ ਵੀ ਅਸੀਂ ਕਿਸਾਨ ਕੱਟਤਾ, ਅਸੀਂ ਤਾਂ ਕਿਸਾਨ ਹੈ ਨਹੀਂ। ਫਿਰ ਇਹਨੂੰ ਕਿਉਂ ਕਹੀ ਜਾਂਦੇ ਨੇ ਕਿਸਾਨ ਹੈ? ਇਹ ਕਿਸਾਨ ਮੋਰਚੇ ਦੇ ਵਿੱਚ ਬੈਠੇ ਨੇ, ਬਿੱਲਾਂ ਕਾਨੂੰਨਾਂ ਦੇ ਖਿਲਾਫ ਬੈਠੇ ਨੇ, ਇਹਨਾਂ ਨੂੰ ਕਹੀ ਜਾਂਦੇ ਕਿਸਾਨ ਨੇ ਪੋਲੀਟਿਕਸ ਨੇ, ਤੁਸੀਂ ਕਿਸਾਨ ਵੀ, ਅਸੀਂ ਪੋਲੀਟਿਕਸ ਵੀ ਹਾਂ। ਪੋਲੀਟਿਕਸ ਕਿਹੜਾ ਕਿਸਾਨ ਨਹੀਂ ਹੋ ਸਕਦਾ?
ਉਹ ਆਪਦੇ ਆਪ ਨੂੰ ਪੋਲੀਟਿਕਸ ਹੋ ਕੇ ਕਿਸਾਨ ਲਿਖਾਈ ਜਾਂਦੇ ਨੇ, ਇੱਥੇ ਪੋਲੀਟਿਕਸ ਵਾਲੇ ਮੋਰਚਿਆਂ ਦੇ ਵਿੱਚ ਕਿਉਂ ਨਹੀਂ ਆ ਸਕਦੇ? ਮੁੱਦਾ ਕੀ ਹੈ, ਗੱਲ ਕੀ ਹੈ, ਬੈਠੇ ਕਿੰਨੇ ਨੇ, ਕਿੰਨੇ ਚਿਰ ਤੋਂ ਬੈਠੇ ਨੇ, ਕੀ ਗੱਲ ਰੱਖਦੇ ਨੇ, ਇਹ ਗੱਲ ਤੁਸੀਂ ਪੋਲੀਟਿਕਸ ਨੂੰ ਕਿਉਂ ਅੱਗੇ ਰੱਖਦੇ ਹੋ? ਵਿਰੋਧੀ ਧਿਰਾਂ ਨੇ, ਵਿਰੋਧੀ ਕੈਂਪ ਹੈ ਤੁਹਾਡਾ, ਕਾਂਗਰਸ ਹੈ ਜਾਂ ਦੂਜੀਆਂ ਸਮਾਜਵਾਦੀ ਪਾਰਟੀ ਜਾਂ ਹੋਰ ਬਸਪਾ ਬੁਸਪਾ ਵਾਲੇ ਕਿ CPI CPM ਵਾਲੇ ਹੋਣਗੇ ਤੁਹਾਡੇ, ਇਹ ਤੁਹਾਡਾ ਵਿਰੋਧ ਅੱਡ ਹੋਊਗਾ ਕਾਨੂੰਨਾਂ ਵਾਲੀ ਗੱਲ 'ਤੇ ਜਿਹਦਾ ਅਸੀਂ ਵਿਰੋਧ ਕਰਦੇ ਹਾਂ। ਤੁਸੀਂ ਇਸ ਪੈਂਚੜੇ ਨੂੰ ਕਿਉਂ ਲੈਣੇ ਵੀ ਇਹ ਕਿਸਾਨ ਨਹੀਂ, ਇਹਦਾ ਪੋਲੀਟਿਕਸ ਨੇ, ਤੁਸੀਂ ਇਹ ਦੱਸੋ ਸਾਡਾ ਮੁੱਦਾ ਠੀਕ ਹੈ ਕਿ ਗਲਤ ਹੈ। ਇਹ 'ਤੇ ਬਹਿਸ ਕਰੋ, ਕੌਣ ਬੈਠਾ ਕੌਣ ਨਹੀਂ ਬੈਠਾ ਇਸ ਗੱਲ ਦਾ ਕੀ ਸਵਾਲ ਹੈ? ਜਾਂ ਤਾਂ ਫਿਰ ਤੁਸੀਂ ਐਂ ਕਹੋ ਵੀ ਤਾਂ ਕਿਰਾਏ 'ਤੇ ਬਿਠਾਏ ਹੋਏ ਬੰਦੇ ਨੇ, ਤੁਸੀਂ ਤਾਂ ਕਦੇ ਸਾਨੂੰ ਨਕਸਲੀਏ, ਕਦੇ ਸਾਨੂੰ ਤੁਸੀਂ ਖਾਲਿਸਤਾਨੀ, ਕਦੇ ਪਾਕਿਸਤਾਨ ਦੇ ਭੇਜੇ ਹੋਏ, ਕਦੇ ਕੁਛ ਕਦੇ ਕੁਛ, ਕਿੰਨੇ ਸ਼ਬਦ ਬੋਲੇ ਆ, ਤੁਸੀਂ ਤਾਂ ਮੰਨ ਹੀ ਨਹੀਂ ਰਹੇ ਵੀ ਕਿਸਾਨ ਅੰਦੋਲਨ ਹੈ। ਹੁਣ ਚੋਣ ਆ ਜਾਣੀ ਹੈ 4 ਮਹੀਨਿਆਂ ਨੂੰ, ਹੋਰ ਦਿੱਲੀ ਤੋਂ ਲੀਡਰ ਵੀ ਆਉਣਗੇ, ਇੱਥੇ ਦੇ ਲੀਡਰ ਵੀ ਸਿਆਸੀ ਰੈਲੀਆਂ ਕਰਨਗੇ, ਪ੍ਰਾਈਮ ਮਿਨਿਸਟਰ ਵੀ ਆਉਣਗੇ, ਕਿਸਾਨ ਜਥੇਬੰਦੀਆਂ ਦਾ ਕੀ ਰੁਖ ਰਹੇਗਾ? ਸਮਾਂ ਦੱਸੂਗਾ, ਵਿਰੋਧ ਕਰਾਂਗੇ, BJP ਦੇ ਜਿੰਨੇ ਲੀਡਰ ਆਉਣਗੇ ਬਾਹਰੋਂ ਵਿਰੋਧ ਕਰਾਂਗੇ। ਅਗਰ ਪ੍ਰਾਈਮ ਮਿਨਿਸਟਰ ਰੈਲੀ ਕਰਨਾ ਚਾਹੁਣ ਪੰਜਾਬ 'ਚ, ਪੂਰਾ ਵਿਰੋਧ ਕਰਾਂਗੇ ਡਟ ਕੇ। ਤੁਹਾਨੂੰ ਨਹੀਂ ਲੱਗਦਾ ਕਿ ਉਹਦੇ ਨਾਲ ਸਿਆਸੀ ਮਾਹੌਲ ਖਰਾਬ ਹੋਊਗਾ? ਮਾਹੌਲ ਕੁਛ ਵੀ ਹੋਵੇ, ਮਾਹੌਲ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ। ਉਹ ਨਾ ਆਉਣ, ਅਸੀਂ ਸਰਹੱਦਾਂ 'ਤੇ ਬੈਠੇ ਹਾਂ, ਉਹ ਕੁਰਸੀ ਕੁਰਸੀ ਕਰਦੇ ਫਿਰਦੇ ਨੇ, ਅਸੀਂ ਚੁੱਪ ਕਰਕੇ ਕਿਉਂ ਬੈਠਾਂਗੇ ਬਾਈ? ਚੁੱਪ ਕਰਕੇ ਤਾਂ ਬੈਠਿਆ ਜਾਂਦਾ। ਬਹੁਤ ਬਹੁਤ ਸ਼ੁਕਰੀਆ, ਬੜੀ ਸਾਫ਼ ਨੀਅਤ ਨਾਲ ਜੋਗਿੰਦਰ ਸਿੰਘ ਉਗਰਾਹਾਂ ਹੋਰ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ, ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਬਾਕੀ ਜਥੇਬੰਦੀਆਂ ਤੋਂ ਇਹਨਾਂ ਦੀ ਆਪਣੀ ਰਾਏ ਵੱਖਰੀ ਹੈ, ਉਹ ਵੱਖਰੀ ਵੀ ਦੱਸੀ, ਅਤੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਸਾਰੀ ਜਥੇਬੰਦੀਆਂ ਦੇ ਨਾਲ ਖੜੇ ਹੈ, ਯਾਨੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਮਸਲੇ 'ਤੇ, ਉੱਥੇ ਉਹ ਉਹਨਾਂ ਦੇ ਨਾਲ ਵੀ ਦਿਖੇ। ਹਾਂ, ਇਸ 'ਚ ਕੋਈ ਦੋ ਰਾਏ ਨਹੀਂ ਹੈ ਕਿ ਜਥੇਬੰਦੀਆਂ ਦੀ ਆਪਸੀ ਜਿਹੜੀ ਅੰਦਰੋਂ ਖਿੱਚਤਾਣ ਸੀ ਉਹ ਇਸ ਅੰਦੋਲਨ 'ਚ ਆਉਣ ਨਾਲੋਂ ਕਾਫ਼ੀ ਹੱਦ ਤੱਕ ਘਟੀ ਵੀ ਹੈ, ਉਹਦੀ ਮਿਸਾਲ ਉਗਰਾਹਾਂ ਸਾਹਿਬ ਨੇ ਆਪ ਹੀ ਦਿੱਤੀ। ਸਾਡੀ ਇਸ ਪੂਰੇ ਮਸਲੇ 'ਤੇ ਗੱਲ ਮੁੱਕ ਗਈ ਹੈ ਉਗਰਾਹਾਂ ਸਾਹਿਬ ਨਾਲ ਤਾਂ, ਲੇਕਿਨ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਪੰਜਾਬ ਦੀ ਜ਼ਮੀਨ 'ਤੇ ਹੁਣ ਕੋਈ ਵੀ ਐਸਾ ਟਕਰਾਵ ਨਹੀਂ ਹੋਣਾ ਚਾਹੀਦਾ ਜਿਹਦੇ ਤੋਂ ਇਹ ਸ਼ਹੀਦਾਂ ਦੀ ਧਰਤੀ 'ਤੇ ਕੋਈ ਦਾਗ ਲੱਗੇ। ਇਸ ਕਰਕੇ ਇਹ ਚੋਣ ਅਮਨ ਅਮਾਨ ਨਾਲ ਗੁਜ਼ਰਨੀ ਬੜੀ ਜ਼ਰੂਰੀ ਹੈ। ਇਸ ਪੂਰੇ ਇੰਟਰਵਿਊ 'ਤੇ ਤੁਸੀਂ ਆਪਣਾ ਫੀਡਬੈਕ ਮੈਨੂੰ ਮੇਰੇ ਟਵਿੱਟਰ ਹੈਂਡਲ 'ਤੇ ਜ਼ਰੂਰ ਦੇਣਾ। ਬਹੁਤ ਬਹੁਤ ਸ਼ੁਕਰੀਆ।